ਅੰਤਰ ਰਵੈ ਹਰ ਨਾਮ
ਸਤਿਗੁਰ ਕੀ ਜਿਸਨੂੰ ਮਤੇ ਆਵੇ, ਸਤਿਗੁਰ ਕੀ ਜਿਸਨੂੰ ਮਤੇ ਆਵੇ, ਸਤਿਗੁਰ ਕੀ ਜਿਸਨੂੰ ਮਤੇ ਆਵੇ। ਜਿਹਨੂੰ ਸਤਿਗੁਰ ਦੀ ਮਤ ਆ ਗਈ ਉਹ ਦੁਨੀਆਂ 'ਚ ਕਦੀ ਟੋਕਰਾ ਨਹੀਂ ਪਾਏਗਾ। ਨਸ਼ਿਆਂ ਦੀ ਤਾਂ ਗੱਲ ਹੀ ਬਦਲਦੀ। ਗੁਰਸਾਹਿਬ ਦੀ ਹਜ਼ੂਰੀ 'ਚ ਕਹਿਣਾ ਅਹੰਕਾਰ ਨਹੀਂ ਪਰ ਮਾਣ ਕਰ ਰਿਹਾ ਸਤਿਗੁਰ 'ਤੇ, ਮਾਣ ਕਰੋ ਤੂੰ ਗੁਰੂ 'ਤੇ। ਅਸੀਂ ਮੰਨਦੇ ਹਾਂ ਕਿ ਬੜਾ ਨਸ਼ਾ, ਪਰ ਮੇਰੇ ਲਈ ਬਿਲਕੁਲ ਨਸ਼ਾ ਨਹੀਂ। ਮੇਰੇ ਘਰ ਦੇ ਬਾਹਰ 50 ਠੇਕੇ ਖੋਲ ਦਿਓ, ਮੈਨੂੰ ਕੋਈ ਫਰਕ ਨਹੀਂ ਪੈਂਦਾ। 100 ਠੇਕਾ ਖੋਲ ਦਿਓ, ਕੋਈ ਫਰਕ ਨਹੀਂ ਪੈਂਦਾ। ਕੋਈ ਗੁਰਮਿੰਦ ਸਿੰਘ ਦੇ ਪੁੱਤਰ ਨੂੰ ਰਾਜਪਾਲ ਸਿੰਘ ਨੂੰ 10 ਲੱਖ ਰੁਪਏ ਦੇਵੇ, ਕਹੇ ਲੈ ਹੁਣ 10 ਲੱਖ ਰੁਪਏ ਤੇਰਾ ਥੋੜ੍ਹਾ ਜਿਹਾ ਨਸ਼ਾ ਟੇਸਟ ਕਰ ਲਾ, ਕਿਉਂ ਜੀ ਕਰਾਂਗਾ? ਆਵਾਜ਼ ਨਹੀਂ ਆਈ। ਤੁਸੀਂ ਮੇਰੀ ਗਰੰਟੀ ਲੈ ਰਹੇ ਹੋ, ਜਦਕਿ ਅਸੀਂ ਬੱਚਿਆਂ ਦੀ ਗਰੰਟੀ ਨਹੀਂ ਲਈ ਜਾ ਰਹੀ। ਮਾਂ ਪਿਓ ਚੈੱਕ ਕਰਦੇ ਵੀ ਮੇਰਾ ਮੁੰਡਾ ਕੁੜੀ ਕਾਲਜ ਪਹੁੰਚ ਗਏ, ਸਕੂਲ ਵਾਲੇ ਗਰੰਟੀ ਨਹੀਂ ਲੈ ਰਹੇ, ਫੋਨ ਕਰਦੇ ਨੇ ਘਰੇ ਵੀ ਤੁਹਾਡਾ ਬੱਚਾ ਸਕੂਲ ਨਹੀਂ ਜਾਇਆ, ਘਰੇ ਹੀ ਬੈਠਾ ਕਿ ਕਿਤੇ ਹੋਰ ਤੁਰਿਆ ਫਿਰਦਾ, ਕਹਿੰਦਾ ਸਾਡੀ ਰਿਸਪੋਂਸੀਬਿਲਟੀ ਨਾ। ਪਰ ਤੁਸੀਂ ਮੇਰੇ ਗਰੰਟੀ ਲੈ ਰਹੇ ਹੋ 5 ਮਿੰਟ ਵਿੱਚ ਹੀ, ਜਦਕਿ ਤੁਸੀਂ ਮੈਨੂੰ ਜਾਣਦੇ ਨਹੀਂ ਕਿ ਤੁਸੀਂ ਮੈਂ 10 ਲੱਖ ਰੁਪਏ ਨਹੀਂ ਲਓਗੇ। ਉਹਦਾ ਕਾਰਨ ਪਤਾ ਕੀ ਹੈ? ਸਹਿਜ ਪਾਠ। ਕਿਉਂਕਿ ਸਹਿਜ ਪਾਠ ਇਕੱਲਾ ਪਾਠ ਨਹੀਂ ਹੈ, ਦਿਸ ਇਜ਼ ਅ ਐਡੀਸ਼ਨਲ ਸਟੱਡੀ, ਸਟੱਡੀ ਫਰੋਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੜ੍ਹਾਈ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਪੜ੍ਹਨਾ। ਜਿਵੇਂ ਅਧਿਆਪਕ ਸਾਹਿਬਾਨ ਤੁਹਾਡੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਸਾਡੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਇੰਗਲਿਸ਼ ਪੜ੍ਹਾਉਂਦੇ ਨੇ, ਪੰਜਾਬੀ ਪੜ੍ਹਾਉਂਦੇ ਨੇ, ਮੈਥਮੈਟਿਕਸ ਪੜ੍ਹਾਉਂਦੇ ਨੇ, ਸਾਇੰਸ ਸੋਸ਼ਲ ਸਟੱਡੀ ਪੜ੍ਹਾਉਂਦੇ ਨੇ, ਇੱਥੇ ਮੇਰੇ ਅਧਿਆਪਕ ਜਿਹੜੇ ਨੇ ਸੱਚੇ ਪਾਤਸ਼ਾਹ ਸਤਿਗੁਰ ਦੇ ਕੋਲ ਕਬੀਰ ਜੀ, ਫਰੀਦ ਜੀ, ਭਗਤ ਰਾਮਾਨੰਦ ਜੀ, ਸੂਰਦਾਸ ਜੀ ਪੜ੍ਹਾਉਂਦੇ। ਅਤੇ ਜਿਹੜਾ ਸੂਰਦਾਸ ਜੀ ਕੋਲ ਭਗਤ ਸੂਰਦਾਸ ਜੀ ਕੋਲ ਪੜ੍ਹ ਗਿਆ, ਕਦੇ ਜ਼ਿੰਦਗੀ ਦੀ ਕਰੈਕਟਰ ਡਾਊਨ ਨਹੀਂ ਹੋਏਗਾ। ਭਾਵੇਂ ਲੱਖਾਂ ਭੈਣਾਂ ਵੱਲ ਜਦੋਂ ਜਿੱਥੇ ਮਰਜ਼ੀ ਪੜ੍ਹਾਉਂਦਾ ਹੋਵੇ, ਜਿੱਥੇ ਮਰਜ਼ੀ ਪੜ੍ਹਦਾ ਹੋਵੇ, ਕਿਉਂਕਿ ਭਗਤ ਸੂਰਦਾਸ ਜੀ ਦੀ ਮਹਾਰਾਜ ਦੀ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਓਨਲੀ ਇੱਕ ਪੰਕਤੀ, ਅਤੇ ਬਿਰਾਜਮਾਨ ਨੇ ਪੂਰੇ ਭੈਣਾਂ ਮੇਰੇ ਮੱਥਾ ਟੇਕ ਰਹੀਆਂ ਨੇ ਅਤੇ ਨਾਲ ਹੀ ਭਗਤ ਸੂਰਦਾਸ ਜੀ ਨੂੰ ਮੱਥਾ ਟੇਕ ਰਹੇ ਹਾਂ। ਪਰ ਯਾਦ ਰੱਖਣਾ ਇੱਕ ਗੱਲ ਨੂੰ, ਇਹ ਜਿੰਨੇ ਵੀ ਬੱਚੇ ਬੈਠੇ ਨੇ ਐਜੂਕੇਸ਼ਨ ਦੇ ਅਦਾਰੇ ਵਿੱਚ ਬੈਠੇ ਹੋ, ਤਾਂ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, ਇਹ ਜਿੰਨੇ ਬੱਚੇ ਬੈਠੇ ਨੇ ਜੇਕਰ ਇਕੱਲਾ ਕਿਤਾਬਾਂ ਨੂੰ ਮੱਥਾ ਹੀ ਟੇਕਣ, ਬੱਚੇ ਤੁਹਾਡੇ ਕੋਲ ਬੈਗ ਹੈ ਨਾ, ਸਾਰਿਆਂ ਕੋਲ ਘਰਾਂ ਵਿੱਚ ਬੈਗ ਹੈਗੇ ਨੇ, ਸਕੂਲੇ ਬੈਗ ਲੈ ਕੇ ਆਉਂਦੇ ਹੋ ਨਾ ਰੋਜ਼, ਜੇ ਕੋਈ ਬੱਚਾ ਰੋਜ਼ ਮੱਥਾ ਹੀ ਟੇਕ ਕੇ ਬੈਗ ਨੂੰ ਖੋਲ੍ਹੇ ਹੀ ਨਾ, ਕਿ ਸਾਲ ਬਾਅਦ ਪਾਸ ਹੋ ਜਾਏਗਾ। ਲਓ ਜੀ, ਬੱਚਿਆਂ ਨੂੰ ਵੀ ਪਤਾ ਜੀ ਅਸੀਂ ਜ਼ਿੰਦਗੀ ਵਿੱਚ ਕਿਉਂ ਫੇਲ ਹੋ ਰਹੇ, ਸਾਡੇ ਪੰਜਾਬ ਵਿੱਚ ਡਾਊਨਫਾਲ ਕਿਉਂ ਆ ਗਿਆ, ਕਿਉਂਕਿ ਬੇਟੀ ਗੁਰਬਾਣੀ ਭਾਈ ਸਾਹਿਬ ਜੀ ਯਾਦ ਰੱਖਣਾ, ਇੱਕ ਵਾਰ ਨਹੀਂ ਕਰੋੜਾਂ ਵਾਰੀ ਮੱਥਾ ਟੇਕਣਾ ਹੈ, ਕਿਉਂਕਿ ਨਮਸਕਾਰ 300 ਲੱਖ ਵਾਰ ਗਿਣਤੀ, ਅਨੇਕ ਵਾਰ ਅਨੇਕ ਵਾਰ ਉਹਦੀ ਗਿਣਤੀ ਕੋਈ ਨਹੀਂ, ਡੰਡੋਤ ਵੰਦਨਾ ਵੀ ਕਰ ਸਕਦਾ, ਪਰ ਯਾਦ ਰੱਖਣਾ ਇਕੱਲਾ ਮੱਥਾ ਟੇਕਿਆ, ਕਿਉਂਕਿ ਗੁਰਬਾਣੀ ਕੇਵਲ ਮੱਥਾ ਟੇਕਣ ਵਾਸਤੇ ਨਹੀਂ। ਹਾਂਜੀ, ਗੁਰਬਾਣੀ ਕੇਵਲ ਮੱਥਾ ਟੇਕਣ ਵਾਸਤੇ ਨਹੀਂ ਹੈ। ਆਹ ਸੇਵਾ ਕਰ ਲਓ ਜੀ, ਜਿਹਨੇ ਲਾਗੇ ਲਾਗੇ ਅੱਗੇ ਫੜ ਕੇ ਰੱਖ ਲਓ, ਤੂੰ ਨਹੀਂ ਨਾਲ ਉੱਠਦੀ ਕੋਈ ਗੱਲ ਨਹੀਂ। ਅੱਛਾ ਜੀ, ਸੋ ਭਾਈ ਗੁਰਬਾਣੀ ਕੇਵਲ ਮੱਥਾ ਟੇਕਣ ਵਾਸਤੇ ਨਹੀਂ ਹੈ, ਗੁਰਬਾਣੀ ਕੇਵਲ ਮੱਥਾ ਟੇਕਣ ਵਾਸਤੇ, ਆਵਾਜ਼ ਪੂਰੀ ਨਹੀਂ ਆਈ, ਗੁਰਬਾਣੀ ਕੇਵਲ ਮੱਥਾ ਟੇਕਣ ਵਾਸਤੇ, ਗੁਰਬਾਣੀ ਤਾਂ ਹੈ ਲਿਖਣ ਅਤੇ ਪੜ੍ਹਨ ਵਾਸਤੇ, ਲਿਖਣ ਅਤੇ ਕਾਹਦੇ ਵਾਸਤੇ ਹੈ, ਲਿਖਣ ਅਤੇ। ਪਰ ਪੁੱਤਰ ਯਾਦ ਰੱਖਣਾ, ਵਾਹਿਗੁਰੂ ਜੀ ਯਾਦ ਰੱਖਣਾ, ਪਿਆਰੀ ਸਾਧ ਸੰਗਤ ਜੀ, ਗੁਰੂ ਦਾ ਰੂਪ ਸਾਧ ਸੰਗਤ ਜੀ, ਸਤਿਗੁਰ ਤੋਂ 21 ਬਿਸਵੀ ਕਹਿੰਦੇ ਨੇ, ਕਿਉਂਕਿ ਗੁਰੂ ਮਹਾਰਾਜ 20 ਅਤੇ ਸੰਗਤ 21, ਕਿਉਂਕਿ 21 ਸਤਸੰਗਤ ਦਾ ਪੈ ਗਿਆ। ਅਤੇ ਗੁਰਬਾਣੀ ਕੇਵਲ ਮੱਥਾ ਟੇਕਣਾ ਹੀ ਹੈ, ਲਿਖਣ ਅਤੇ ਪੜ੍ਹਨ ਵਾਸਤੇ ਹੈ, ਪਰ ਯਾਦ ਰੱਖਣਾ ਗੁਰਬਾਣੀ ਕੇਵਲ ਲਿਖਣ ਅਤੇ ਪੜ੍ਹਨ ਵਾਸਤੇ ਨਹੀਂ ਹੈਗੀ।
ਇਹ ਹੈਗੀ ਸਮਝਣ ਤੇ ਵਿਚਾਰਨ ਵਾਸਤੇ, ਸਮਝਣ ਤੇ ਵਿਚਾਰਨ ਵਾਸਤੇ। ਬੱਚਿਆਂ ਦੀ ਆਵਾਜ਼ ਆ ਰਹੀ ਪਰ ਵੱਡੇ ਬੱਚਿਆਂ ਦੀ ਆਵਾਜ਼ ਨਹੀਂ ਆ ਰਹੀ, ਇਹ ਸਾਡੇ ਕੋਲ ਬੱਚੇ ਲੈਣਾ ਕਾਹਦੇ ਵਾਸਤੇ, ਸਮਝਣ ਤੇ। ਪਰ ਬਈ ਯਾਦ ਰੱਖਣਾ ਇਹ ਕੇਵਲ ਸਮਝਣ ਤੇ ਵਿਚਾਰਨ ਵਾਸਤੇ ਵੀ ਨਹੀਂ ਹੈਗੀ। ਕਾਹਦੇ ਵਾਸਤੇ ਹੈਗੀ, ਕਿਹੜਾ ਮੇਰਾ ਬੱਚਾ ਦੱਸੇਗਾ, ਕੋਈ ਮੇਰੀ ਭੈਣ ਜਾ ਕੇ ਦੱਸੇਗਾ। ਹਾਂਜੀ, ਗੁਰਬਾਣੀ ਅਸਲ ਵਿੱਚ ਹੈ ਕਾਹਦੇ ਵਾਸਤੇ, ਇਹ ਹੈਗੀ ਜੀ ਅਮਲ ਕਰਨ ਵਾਸਤੇ। ਤੇ ਜਿਹਨੇ ਅਮਲ ਕਰ ਲਿਆ, ਚਾਹੇ ਉਹ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਉਹ ਈਸਾਈ ਹੈ, ਉਹ ਗੁਰੂ ਨਾਨਕ ਦਾ ਸੱਚਾ ਸਿੱਖ ਜੇ। ਕਿਉਂਕਿ ਸਿੱਖੀ ਆ ਨਹੀਂ, ਸਿੱਖੀਜ਼ਮ ਇਜ਼ ਨੋਟ ਏ ਨਾਮ, ਸਿੱਖੀਜ਼ਮ ਇਜ਼ ਏ ਵਰਡ। ਸਿੱਖੀ ਨਾਮ ਨਹੀਂ, ਸਿੱਖੀ ਕਿਹਦੇ ਹੈ, ਜਿਹੜਾ ਕਮਾ ਗਿਆ ਸੋ ਕਮਾ ਗਿਆ, ਜਿਹੜਾ ਕਮਾ ਗਿਆ ਸੋ ਕਮਾ ਗਿਆ। ਸਾਨੂੰ ਮਾਣ ਹੈ ਸਿੱਖ ਧਰਮ ਵਿੱਚ ਪੈਦਾ ਹੋਣ ਲਈ। ਪਰ ਯਾਦ ਰੱਖਣਾ, ਡਾਕਟਰ ਦੇ ਘਰ ਵਿੱਚ ਕੋਈ ਪੈਦਾ ਹੋ ਕੇ ਟੋਰ ਮਨ ਮੁੱਛਾਂ ਨੂੰ ਬਣ ਗਏ ਵੀ ਮੈਂ ਡਾਕਟਰ ਹਾਂ, ਜੱਜ ਦੇ ਘਰ ਵਿੱਚ ਪੈਦਾ ਹੋਣ ਲੱਗਾ ਵੀ ਮੈਂ ਜੱਜ ਬਣ ਗਿਆ, ਲੋ ਪੜ੍ਹੇ ਨਾ, ਕਿ ਉਹ ਆਪਣੇ ਆਪ ਨੂੰ ਜੱਜ ਕਹਾਉਣ ਦਾ ਹੱਕਦਾਰ ਹੈਗਾ, ਆਪਣੇ ਆਪ ਨੂੰ ਆਪੇ ਸਰਟੀਫਿਕੇਟ ਨੂੰ ਦੇਈ ਜਾਏ। ਸਿੱਖੀ ਕਮਾਉਣੀ ਪੈਣੀ ਹੈ, ਤੇ ਕਮਾਉਣੀ ਕਿਹਨੇ ਪੈਣੀ ਹੈ, ਸਤਿਗੁਰ ਕੀ ਜਿਸਨੋ ਮਤ ਆਵੇ। ਤੇ ਮਤ ਕਦੋਂ ਆਉਣੀ ਹੈ, ਸਤਿਗੁਰ ਨਾਲ ਗੱਲਾਂ ਕਰਕੇ, ਸਤਿਗੁਰ ਨਾਲ ਤੇ ਸਹਿਲ ਪੜ ਗਈ ਗੱਲਾਂ। ਨੱਥੂ ਰਾਮ ਨੇ ਤੀਜੀ ਕਲਾਸ ਸ਼ੁਰੂ ਕੀਤਾ ਸੀ, ਵੀ ਆਰ ਟੂ ਲੇਟ। ਨੱਥੂ ਰਾਮ ਨੇ ਥਰਡ ਕਲਾਸ ਵਿੱਚ ਸਹਿਲ ਪੜ ਸ਼ੁਰੂ ਕੀਤਾ, ਤੇ ਨੱਥੂ ਰਾਮ ਕੌਣ ਬਣ ਗਿਆ, ਅੱਜ ਦੁਨੀਆਂ ਦੇ 95% ਗੁਰਦੁਆਰਿਆਂ ਦੇ ਵਿੱਚ ਜਿਹੜੇ ਅਰਥ ਲਿਖੇ ਜਾਂਦੇ ਨੇ ਉਹ ਨੱਥੂ ਰਾਮ ਦੇ ਕਿਤੇ ਲਿਖੇ ਜਾਂਦੇ ਨੇ। ਨੱਥੂ ਰਾਮ ਕੌਣ ਬਣ ਗਿਆ, ਪ੍ਰੋਫੈਸਰ ਸਾਹਿਬ ਸਿੰਘ ਦਿੱਲੀ ਖਾਲਸਾ ਕਾਲਜ ਦਾ ਪ੍ਰਿੰਸੀਪਲ ਬਣ ਗਿਆ, ਜਿਹਨੇ ਟੀਕਾ ਕੀਤਾ ਗੁਰੂ ਗ੍ਰੰਥ ਸਾਹਿਬ ਦਾ, ਪੰਥ ਪ੍ਰਮਾਣਿਤ ਹੈ। ਹੀਰਾ ਲਾਲ ਕਹਿੰਦੇ ਨੇ ਵੀ ਮੈਂ 11 ਸਾਲ ਦੀ ਉਮਰ ਵਿੱਚ ਸਹਿਜ ਪਾਠ ਦੇ ਭੋਗ ਪਾ ਲਏ ਸੀ। ਅਸੀਂ ਅੱਜ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਤਾਂ ਦੇ ਰਹੇ ਹਾਂ, ਭੈਣ ਜੀ ਇੱਕ ਨਾ ਕੈਂਪ ਡਾਇਰੀ ਲੈ ਕੇ ਦੇ ਰਹੇ ਹਾਂ, ਅਸੀਂ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਤਾਂ ਦੇ ਰਹੇ ਹਾਂ। ਦੱਸੋ ਇੰਗਲਿਸ਼ ਸਕੂਲਾਂ ਨੂੰ ਖੁੱਲ੍ਹੇ ਹੋਏ 30-40 ਸਾਲ ਹੋ ਗਏ, ਕਿੱਥੇ ਸਾਡੇ ITS, ਕਿੱਥੇ ਸਾਡੇ PCS, ਕਿੱਥੇ ਸਾਡੇ ਅੰਬੈਸਡਰ, ਕਿੱਥੇ ਸਾਡੇ ਜੱਜ? ਨਸ਼ਾ ਕਿਉਂ ਵੱਧ ਗਿਆ, ਬਿਮਾਰੀਆਂ ਕਿਉਂ ਵੱਧ ਗਈਆਂ, ਚਿੰਤਾਵਾਂ ਕਿਉਂ ਵੱਧ ਗਈਆਂ, ਆਹ ਕਿੰਨੀਆਂ ਆਤਮ ਹੱਤਿਆਵਾਂ ਹੋ ਰਹੀਆਂ ਨੇ। ਕਿਉਂਕਿ ਜਿਹੜੇ ਬਾਣੀ ਪੜ੍ਹਦੇ ਸੀ ਨਾ, ਜਦੋਂ ਘਾਟਾ ਪੈ ਜਾਂਦਾ ਸੀ ਨਾ, ਜਵਾਨ ਪੁੱਤ ਮਰ ਜਾਂਦਾ ਸੀ, ਜਵਾਈ ਪੂਰਾ ਹੋ ਜਾਂਦਾ ਸੀ, ਤੇ ਕੋਈ ਅਫਸੋਸ ਕਰਨ ਹੁੰਦਾ ਸੀ, ਪਤਾ ਕੀ ਕਹਿੰਦੇ ਸੀ ਅੱਗੋਂ, ਉਹ ਜਾਣੇ ਕੀ ਸ਼ਬਦ ਬੋਲਦੇ ਸੀ, ਉਹ ਜਾਣੇ ਉਹਦੀਆਂ, ਉਹ ਜਾਣੇ ਬੋਲਣ ਨਾਲ ਸਾਰਾ ਡਿਪਰੈਸ਼ਨ ਖਤਮ ਹੋ ਜਾਂਦਾ ਸੀ। ਕਿਉਂਕਿ ਮਨ ਵਿੱਚ ਪੱਕਾ ਵਿਸ਼ਵਾਸ ਹੁੰਦਾ ਸੀ ਵੀ ਉਹਨੇ ਜੋ ਕੀਤਾ ਨਾ, ਤੂੰ ਕਰੋ ਭਲਾ, ਹਮ ਭਲੋ ਨਾ ਜਾਣਾ, ਤੂੰ ਸਦਾ ਸਦਾ ਦਇਆਲਾ, ਉਹ ਦਇਆ ਦਾ ਘਰ ਹੈ, ਉਹਨੇ ਭਲਾ ਹੀ ਕੀਤਾ ਨਾ ਕਿਸੇ ਕਿਸੇ ਤਰੀਕੇ ਨਾਲ, ਸਾਨੂੰ ਪਤਾ ਨਹੀਂ ਹੈ। ਪਰ ਥੋੜ੍ਹੇ ਦਿਨ ਬਾਅਦ ਵਿੱਚ ਪਤਾ ਲੱਗਦਾ ਵੀ ਇਹ ਤਾਂ ਬਹੁਤ ਵੱਡਾ ਕਾਰਜ ਹੋ ਗਿਆ, ਅਸੀਂ ਐਵੇਂ ਉਹਦੇ ਨਾਲ ਗੱਲਾਂ ਕਰੀ ਜਾ ਰਹੇ ਸੀ, ਨਾਲੇ ਉਹਦੀ ਦਾਤ ਹੈ ਲੈ ਗਿਆ ਟਾਈਮ ਸਿਰ ਦੇ ਦਿੱਤੀ। ਸੋ ਮੈਂ ਇੱਕ ਥੋੜ੍ਹੇ ਜਿਹੇ ਸ਼ਬਦ ਪੜ੍ਹਾਂਗਾ, ਮੇਰੇ ਮਗਰ ਮਗਰ ਸਾਰੇ ਸੰਗਤ ਬੜੇ ਸਤਿਗੁਰ ਦੀ ਹਜ਼ੂਰੀ ਵਿੱਚ। ਕੌਮ ਦਾ ਸਰਮਾਇਆ ਅਤੇ ਉਸਦੀ ਸੰਭਾਲ ਜੇਕਰ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਤਾਂ ਸਮਾਜ ਕੁਰੀਤੀਆਂ ਵਿੱਚ ਫਸ ਜਾਵੇਗਾ। ਕੁਰੀਤੀਆਂ ਕੀ ਨੇ? ਨਸ਼ਾ, ਬਿਮਾਰੀਆਂ, ਚਿੰਤਾਵਾਂ, ਡਰੱਗਸ, ਕ੍ਰਾਈਮ, ਇਗਨੋਰੈਂਸ, ਵਾਇਲੈਂਸ, ਏਡਜ਼ ਵਰਗੀਆਂ ਭਿਆਨਕ ਅਗਿਆਨਤਾ ਦਾ ਨਸ਼ਾ,
ਅਸੀਂ ਐਵੇਂ ਤੁਰੀ ਜਾਂਦੇ ਗਲਤ ਪਾਸੇ, ਸਮਾਜਿਕ ਕੁਰੀਤੀਆਂ ਵਿੱਚ ਵੱਜ ਜਾਏਗਾ। ਅਤੇ ਸਾਡਾ ਸਰਮਾਇਆ ਕੀ ਹੈ? ਆਹ ਸਾਡੇ ਬੱਚੇ, ਸਾਡੇ ਧੀਆਂ ਪੁੱਤਰ, ਇਹਨਾਂ ਨੇ ਇਹ ਸਾਡਾ ਸਰਮਾਇਆ, ਸਾਡੇ ਦੇਸ਼ ਦਾ, ਸਾਡੇ ਕੌਮ ਦਾ, ਸਾਡੇ ਪੰਜਾਬ ਦਾ, ਸਾਡੇ ਆਪਣਾ। ਜੇ ਇਹ ਨਹੀਂ ਰਹੇ ਤਾਂ ਜ਼ਮੀਨਾਂ ਜਾਂਦਾ ਤਾਂ ਉਹਨਾਂ ਨੇ ਕੀ ਕਰਾਂਗੇ, ਜੇ ਨਸ਼ਿਆਂ 'ਚ ਪੈ ਗਏ ਤੇ। ਅਤੇ ਮੇਰੇ ਮਗਰ ਬੋਲਣਾ ਜੀ, ਆਓ ਸਮਝੀਏ ਅਤੇ ਚੰਗੇ ਸਮਾਜ ਦੀ ਸਿਰਜਣਾ ਕਰੀਏ, ਅਤੇ ਸਿਰਜਣਾ ਕਰਨ ਵਿੱਚ ਆਪੋ ਆਪਣਾ ਯੋਗਦਾਨ ਪਾਈਏ। ਆਪ ਜੀ ਨੂੰ ਕਿਤੇ ਜਾਣ ਦੀ ਲੋੜ ਨਹੀਂ ਜੀ, ਜਿੱਥੇ ਤੁਸੀਂ ਹੈਗੇ ਉੱਥੇ ਇਹਨਾਂ ਬੱਚਿਆਂ ਨੂੰ ਅਸੀਂ ਰੋਲ ਮਾਡਲ ਬਣ ਕੇ ਦਿਖਾਉਣਾ, ਕਿਉਂਕਿ ਇਹ ਬੱਚੇ ਨੇ, ਇਹ ਕੈਮਰੇ ਨੇ, ਇਹ ਵੀਡੀਓ ਕੈਮਰੇ ਨੇ, ਦੋ ਦੋ ਅਧਿਆਪਕ ਸਾਹਿਬ ਆਉਣਗੇ, ਕਿਉਂਕਿ ਇਹ ਬੱਚੇ ਪਤਾ ਕੀ ਨੇ, ਨਹਿਰ ਦਾ ਪਾਣੀ ਦੇ ਵਾਂਗੂ, ਨਹਿਰ ਦੇ ਪਾਣੀ ਨੂੰ ਜੇ ਫਸਲਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਨਾ, ਤਾਂ ਹੀ ਫਸਲ ਹੋਏਗੀ। ਉਹਦੇ ਦੋ ਕਿਨਾਰੇ ਨੇ, ਫਲੱਡਿੰਗ ਵਾਟਰ, ਦੋ ਪਾਣੀ ਨੇ। ਇਹ ਜਵਾਨੀ ਜਿਹੜੀ ਇਹਨਾਂ ਦੀ ਟੀਨੇਜ ਹੋਣੀ ਹੈ, ਉਹ ਹੜ੍ਹ ਦਾ ਪਾਣੀ ਵੀ ਹੋ ਸਕਦਾ। ਸੈਕਿੰਡ ਪੇਰੀਅਡ, ਇੱਕ ਗੱਲ ਯਾਦ ਰੱਖਣਾ, ਮੈਂ ਆਪਣੀ ਗੱਲ ਕਰ ਰਿਹਾ, ਮੇਰੀ ਮੰਮੀ, ਮੇਰੇ ਮਾਤਾ ਜੀ ਮੇਰੀ ਬਾਂਹ ਫੜ ਦਿੰਦੇ ਸੀ, ਤੇ ਮੇਰੀ ਮੈਡਮ ਨਾਲ ਲੈ ਜਾਂਦੇ ਸੀ, ਪੁਰਾਣੇ ਬੰਦੇ ਇੱਦਾਂ ਬੋਲਦੇ, ਕਹਿੰਦੇ ਮੈਡਮ ਜੀ ਆਪਣਾ ਤੁਹਾਡਾ ਬੱਚਾ ਜੀ, ਇਹਨੂੰ ਕੁੱਟ ਕੁੱਟ ਕੇ ਦੁੰਬਾ ਬਣਾ ਦਿਓ। ਅੱਜ ਦੁੰਬਾ ਤੁਹਾਡੇ ਸਾਹਮਣੇ ਖੜਾ, ਯੂਨੀਵਰਸਿਟੀ ਆਫ ਮੈਨਚੈਸਟਰ ਚ ਗਿਆ, ਫਰਾਂਸ ਗਿਆ, ਬੈਲਜੀਅਮ ਚ ਗਿਆ, ਪੀਐਚਡੀ ਚੈਂਬਰ ਆਫ ਕਾਮਰਸ ਵੱਲੋਂ ਬਿਜ਼ਨਸ ਵਿੱਚ ਬੈਸਟ ਐਕਸਪਰਟ ਅਵਾਰਡ ਮਿਲਿਆ ਗੁਰੂ ਦੀ ਹਜ਼ੂਰੀ ਵਿੱਚ। ਸੰਥਿਆ ਲੈ ਕੇ ਲੜੀਵਾਰ ਤੋਂ ਮਹਾਰਾਜ ਦੀ ਕਿਰਪਾ ਨਾਲ 3 ਲੱਖ ਬੱਚੇ ਸਹਿਜ ਪਾਠ ਕਰ ਰਹੇ ਆ। ਇੱਕ ਇੱਕ ਦੌਲਤ ਇਹਨਾਂ ਅਧਿਆਪਕਾਂ ਨੂੰ ਦੌਲਤ, ਪਰ ਅਫਸੋਸ ਅੱਜ ਅਸੀਂ ਇਹਨਾਂ ਕੋਲ ਇਹਨਾਂ ਦਾ ਹੱਕ ਖੋਹ ਲਿਆ। ਮੈਂ ਦੋਵਾਂ ਦੀ ਗੱਲ ਕਰਾਂਗਾ, ਮੈਂ ਅਧਿਆਪਕਾਂ ਦੀ ਵੀ ਗੱਲ ਕਰਨੀ ਆਇਆ, ਤੁਹਾਡੀ ਗੱਲ ਵੀ ਕਰਨਾ ਆਇਆ, ਮੈਂ ਵਿਚਕਾਰ ਮੀਡੀਏਟਰ ਬਣਾਂਗਾ, ਗੁਰਸਾਹਿਬ ਦੀ ਜੂਰੀ 'ਚ ਕਰਨਾ। ਅੱਜ ਅਸੀਂ ਇਹਨਾਂ ਦਾ ਹੱਕ ਖੋਹ ਲਿਆ, ਤੁਹਾਡੀ ਗੱਲ ਨਹੀਂ ਕਰ ਰਿਹਾ, ਸਾਰੇ ਦੀ ਗੱਲ, ਸਿਸਟਮ ਦੀ ਗੱਲ ਕਰ ਰਿਹਾ। ਇਹ ਨਾ ਤਾਂ ਫਿਜ਼ੀਕਲ ਤੌਰ 'ਤੇ ਕੁਝ ਕਹਿ ਸਕਦੇ ਨੇ, ਨਾ ਮੈਂਟਲੀ ਤੌਰ 'ਤੇ ਕੁਝ ਕਹਿ ਸਕਦੇ ਨੇ, ਸਾਰਾ ਮਹੱਲਾ ਇਕੱਠਾ ਹੋ ਕੇ ਆ ਜਾਂਦਾ ਜਦੋਂ ਕੋਈ ਅਧਿਆਪਕ ਕੁਝ ਕਹਿ ਦੇਵੇ। ਸੱਚੀ ਗੱਲ ਹੈ ਕਿ ਨਹੀਂ? ਸੱਚੀ ਗੱਲ ਦੱਸੋ, ਕੀ ਕਰੇ ਗੁਰੂ, ਕੀ ਕਰੇ? ਤਿੰਨ ਗੁਰੂ ਨੇ, ਤਿੰਨ ਗੁਰੂ ਨੇ ਧਰਤੀ ਦੇ ਉੱਤੇ ਸਾਡੀ ਜ਼ਿੰਦਗੀ ਵਿੱਚ। ਇੱਕ ਅਧਿਆਤਮਿਕ ਗੁਰੂ, ਜਿਹੜੇ ਦੋ ਜਹਾਨ ਦੇ ਵਾਲੇ ਨੇ, ਸਾਡੀ ਆਤਮਾ ਦੇ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ। ਆਵਾਜ਼ ਪੂਰੀ ਨਹੀਂ ਆਈ, ਕੀ ਗੱਲ ਹੋ ਗਈ? ਧੰਨ ਧੰਨ ਸ੍ਰੀ ਗੁਰੂ। ਇਹ ਅਧਿਆਤਮਿਕ ਗੁਰੂ ਨੇ, ਮੈਂ ਨਾ ਇਕੱਲੀ ਇਹੀ ਪੜ੍ਹਾਈ ਕੋਈ ਕਰ ਜਾਵੇ ਨਾ, ਗੁਰੂ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਭਗਤ ਪੂਰਨ ਸਿੰਘ ਜੀ ਕਿੰਨੇ ਕੁ ਪੜ੍ਹੇ ਸੀ ਦੱਸੋ? ਇੱਕ ਸੰਸਥਾ ਬਣਾ ਕੇ ਕਿੰਨੇ ਲੱਖਾਂ ਦਾ ਪਰ ਉਪਕਾਰ ਕਰ ਗਏ। ਰਾਮ ਜੀ ਦਾਸ ਸੀ, ਜਦੋਂ ਸਿਆਹ ਪੜ੍ਹ ਦਾ ਪੱਲਾ ਫੜਿਆ, ਉਹਨਾਂ ਦੀ ਪਾਠੋ ਪਾਈ ਨੂੰ ਪੜ੍ਹ ਕੇ ਵੇਖੋ, ਉਹ ਕਹਿੰਦੇ ਜੀ ਮੈਨੂੰ ਮੇਰੀ ਮਾਤਾ ਮਹਿਤਾਬ ਕੌਰ ਨੇ ਮੈਨੂੰ ਗੁਰਬਾਣੀ ਪੜ੍ਹਨ ਵਾਲੇ ਪਾਸੇ ਲਾ ਦਿੱਤਾ, ਅਤੇ ਮੈਂ ਭਗਤ ਪੂਰਨ ਸਿੰਘ ਬਣ ਗਿਆ। ਸੋ ਇਹਨਾਂ ਦਾ ਜਿਹੜਾ ਹੱਕ ਨਾਲ ਅਧਿਆਪਕ ਨੂੰ ਦੇਣਾ ਚਾਹੀਦਾ। ਅਤੇ ਮਾਤਾ ਪਿਤਾ ਇਹ ਵੀ ਨਹੀਂ ਕਿ ਅਸੀਂ ਪੈਸੇ ਦੇ ਦਿੱਤੇ ਅਤੇ ਹੁਣ ਸਾਰਾ ਕੁਝ ਇਹਨਾਂ ਨੇ ਸਿੱਖਣਾ, ਬਹੁਤ ਮਕਾਲੀ ਸੀ, ਕੋਈ ਵੈਲਿਊ ਪੈਸਾ ਨਹੀਂ ਦੇਣਾ। ਨੈਤਿਕ ਸਿੱਖਿਆ ਸਾਨੂੰ ਕਰੋ ਤਾਂ ਸਕੂਲ ਦੋਵੇਂ ਪਸੰਦ ਨਹੀਂ ਹੈ। ਅਧਿਆਪਕ ਸਾਹਿਬ ਨੂੰ ਵੀ ਕਹੂੰਗਾ, ਬੱਚਾ ਤੁਹਾਡੇ 'ਤੇ ਜ਼ਿਆਦਾ ਵਿਸ਼ਵਾਸ ਕਰਦਾ ਜੇ ਮਾਂ ਪਿਓ ਤੋਂ, ਕਿਸੇ ਬੱਚੇ ਨੂੰ ਤੁਸੀਂ 2 ਮਿੰਟ 5 ਸਿਖਾ ਦਿਓਗੇ ਨਾ। ਪੀਰੀਅਡ ਦਾ ਆਪਣਾ 35-40 ਮਿੰਟ ਦਾ ਜਿਹੜਾ ਪੀਰੀਅਡ ਹੁੰਦਾ ਉਹਦਾ ਦਸਵੰਧ ਦਿਓ, 2-3 ਮਿੰਟ ਇਹਨਾਂ ਨੂੰ ਨਿਰੰਕਾਰ ਦੀ ਗੱਲ, ਇਸ ਪਰਮਾਤਮਾ ਦੀ ਗੱਲ, ਉਸ ਅਕਾਲ ਪੁਰਖ ਦੀ ਗੱਲ, ਇਸ ਕੁਦਰਤ ਦੀ ਗੱਲ, ਦੁਨਿਆਵੀ ਗੱਲ, ਚੰਨਣ ਵਾਲੇ ਦੀ ਗੱਲ ਅਲੱਗ ਤੌਰ 'ਤੇ ਕਰਿਆ ਕਰੋ, ਤਾਂ ਜੋ ਤੁਹਾਨੂੰ ਡਿੱਗਣ ਉਧਰੇ, ਤੁਹਾਨੂੰ ਅਸੀਂ ਬੜਾ ਕੁਝ ਦੇਣ ਲਈ ਤਿਆਰ ਆ। ਆਓ ਇੱਕ ਵਾਰੀ ਅਸੀਂ ਲਾਈਨਾਂ ਬੋਲ ਲਈਏ ਸਾਰੇ ਮਗਰ, ਤਾਂ ਜੋ ਇੱਥੇ ਆਉਣ ਦਾ ਮਕਸਦ ਕੀ ਹੈ? ਤੁਹਾਡੇ ਬੱਚਿਆਂ ਨੂੰ ਸਹਿਜ ਪਾਠ ਕਰਕੇ ਅਸੀਂ ਪਾਠੀ ਨਹੀਂ ਬਣਾਉਣਾ, ਰਾਗੀ ਢਾਡੀ ਪਾਠੀ ਕਥਾ ਵਾਚ ਕੀਰਤਨੀ ਨਹੀਂ ਬਣਾਉਣਾ, ਪਰ ਅਸੀਂ ਬਣਾਉਣਾ ਇਹਨਾਂ ਨੂੰ ਡਾਕਟਰ, ਇੰਜੀਨੀਅਰ, ITS ਅਫਸਰ, ਬਿਜ਼ਨਸਮੈਨ,
ਸਾਇੰਟਿਸਟ ਹੋਣਾ, ਪਰ ਉਹਦੇ ਨਾਲ ਨਾਲ ਸੋਹਣਾ ਪਾਠੀ ਹੋਵੇ, ਸੋਹਣਾ ਗ੍ਰੰਥੀ ਹੋਵੇ, ਸੋਹਣਾ ਪ੍ਰਚਾਰਕ ਹੋਵੇ, ਕੀਰਤਨ ਕਰਤਾ ਹੋਵੇ, ਪਹਿਲਾਂ ਜੋ ਹੋਵੇ ਜੱਜ ਦੀ ਸੀਟ ਤੇ ਬੈਠਾ ਹੋਇਆ ਸਾਇੰਟਿਸਟ ਹੋਵੇ ਤੇ ਨਾਲ ਟ੍ਰੇਨਿੰਗ ਲੈਣ ਜਾਂਦੇ ਨੇ। ਉੱਥੋਂ ਦੇ ਪ੍ਰੋਫੈਸਰ ਨੇ ਡਾਕਟਰ ਬ੍ਰਿਜਪਾਲ ਸਿੰਘ, ਕਦੀ ਉਹਨਾਂ ਦੀ ਕਿਤਾਬ ਕਦੀ ਮਿਲ ਕੇ ਦੇਖੋ, ਜਦੋਂ ਉਹ ਕਿਤੇ ਮਿਲ ਹੀ ਲਓਗੇ ਨਾ ਤੁਸੀਂ ਤੇ ਤੁਹਾਡੇ ਅੰਦਰ ਸਿਗਨਲ ਨਹੀਂ ਚੱਲੇਗਾ ਤੇ ਮੈਨੂੰ ਤੁਸੀਂ ਆਣ ਕੇ ਜੁੱਤੀਆਂ ਪਾ ਦੇਣਾ। ਜੀਵਨ ਨੇ ਹੈ ਪ੍ਰੋਫੈਸਰ, ਹੈ ਮੋਦੀ ਦੇ ਇੱਕ ਪ੍ਰੋਫੈਸਰ ਨੇ ਭਾਈ ਰਣਜੀਤ ਸਿੰਘ ਜੀ, ਗੋਲਡ ਮੈਡਲਿਸਟ ਨੇ ਇੰਗਲਿਸ਼ ਵਿੱਚ, ਪਰ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੱਚੇ ਪਾਤਸ਼ਾਹ ਦਾ ਕੰਠ ਹੈ ਜਵਾਨੀ ਭਾਈ ਸਾਹਿਬ ਜੀ। ਗੁਰਸਤ ਜੁਲੀ ਦੱਸ ਰਿਹਾ ਤੁਸੀਂ ਫੋਨ ਕਰਕੇ ਹੋਣੇ ਫੋਨ ਕਰ ਲਓ, ਜਿਹੜੀ ਮਰਜ਼ੀ ਤੁਕ ਬੋਲੋਗੇ ਧਰਮ ਪੂਰਾ ਸ਼ਬਦ ਸੁਣਾਉਣਗੇ। ਇਹ ਦੱਸਣਗੇ ਵੀ ਕਿੰਨੇ ਅੰਗ ਦੇ ਸ਼ਬਦ ਹੈਗਾ, ਸੱਜੇ ਹੈ ਕਿ ਖੱਬੇ ਹੈ, ਕਿਉਂ ਹੁਣ ਪੁੱਛਿਆ ਜੀ ਭਾਈ ਸਾਹਿਬ ਜੀ ਕਿੱਦਾਂ, ਕਹਿੰਦੇ ਜੀ 1968 ਤੋਂ ਲੈ ਕੇ ਅੱਜ ਦੇ ਦਿਨ ਤੱਕ ਰੋਜ਼ 40 ਅੰਗ ਮਹਾਰਾਜ ਦੀ ਸੇਵਾ ਲੈਣੀ ਹੁੰਦੀ ਹੈ, ਕਿਉਂ ਭਾਈ ਸਾਹਿਬ ਜੀ ਜਦੋਂ 40 ਅੰਗ ਦੀ ਸੇਵਾ ਲੈਣੀ ਹੈ, ਸੰਧਿਆ ਬੱਚਿਆਂ ਨੂੰ ਦੇਣੀ ਹੈ, ਆਪ ਕਰਨੀ ਹੈ, ਤੇ ਕਿਉਂ ਨੀ ਬਾਣੀ ਕੰਠ ਹੋਏਗੀ। ਸੋ ਮੇਰੇ ਮਗਰ ਬੋਲਣਾ ਜੀ, ਆਓ ਸਮਝੀਏ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਆਪੋ ਆਪਣਾ ਯੋਗਦਾਨ ਪਾਈਏ। ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ, ਸਾਨੂੰ ਲੋੜ ਹੈ ਇਸ ਸਰਮਾਏ ਨੂੰ ਸੰਭਾਲਣ ਦੀ ਅਤੇ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਦੀ। ਸਹੀ ਦਿਸ਼ਾ ਹੀ ਸਮਾਜ ਦੀ ਸੋਚ ਬਦਲ ਸਕਦੀ ਹੈ ਅਤੇ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਚੰਗੀ ਸੋਚ ਕਿੱਥੋਂ ਆਵੇਗੀ? ਜੇਕਰ ਅਸੀਂ ਆਪਣਾ ਜੀਵਨ ਖੁਸ਼ੀਆਂ ਨਾਲ ਭਰਪੂਰ ਕਰਨਾ ਚਾਹੁੰਦੇ ਹਾਂ ਤਾਂ ਆਪ ਅਤੇ ਆਪਣੇ ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਨਾਲ ਨਾਲ ਅਧਿਆਤਮਿਕ ਵਿਦਿਆ ਵੀ ਜ਼ਰੂਰ ਦਈਏ, ਜਿਸ ਦੇ ਨਾਲ ਸੰਸਾਰੀ ਵਿਦਿਆ ਦੇ ਨਾਲ ਜਿੱਥੇ ਉਹ ਡਾਕਟਰ, ਇੰਜੀਨੀਅਰ, IPS, PCS, ਸਾਇੰਟਿਸਟ ਬਣੇਗਾ, ਉੱਥੇ ਹੀ ਅਧਿਆਤਮਿਕ ਵਿਦਿਆ ਦੇ ਨਾਲ ਉਹ ਗੁਰਸਿੱਖ ਡਾਕਟਰ ਬਣੇਗਾ। ਡਾਕਟਰ ਤਾਂ ਬੜੇ ਬਣੇ, ਦੇਖੋ ਜੀ ਗੁਰਦੇ ਵਿੱਚ ਕਿੰਨੇ ਡਾਕਟਰ ਨੇ, ਬੁਰਾ ਹਾਲ ਹੋਇਆ ਪਿਆ। ਆ ਤੁਸੀਂ ਚਲੇ ਜਾਓ, ਤੁਹਾਡੇ ਗੋਡਾ ਕਹਿ ਦਿਓ ਸਹੀ, ਤੁਸੀਂ ਵੈਸੇ ਕਹਿ ਦਿਓ ਮੈਂ ਤੁਹਾਨੂੰ ਹੁਣੇ ਲਿਖ ਦੇ ਦਿੰਦਾ। ਤੁਸੀਂ ਜਲੰਧਰ ਚਲੇ ਜਾਓ, ਅੰਮ੍ਰਿਤਸਰ ਚਲੇ ਜਾਓ, ਵੱਡੇ ਹੋਸਪਿਟਲ ਵਿੱਚ ਤੁਸੀਂ ਕਹਿ ਦਿਓ ਮੇਰਾ ਗੋਡਾ ਬਹੁਤ ਜ਼ਿਆਦਾ ਦਰਦ ਕਰਦਾ ਪਿਆ, ਉਹਨਾਂ ਕਹਿਣਾ ਆਪਰੇਸ਼ਨ ਕਰਾਓ ਤਾਂ ਤੁਹਾਡਾ ਆਪਰੇਸ਼ਨ ਹੋਣਾ ਹੀ ਹੋਣਾ, ਜਦਕਿ ਭਾਵੇਂ ਗੋਡਾ ਠੀਕ ਵੀ ਹੋਵੇ। ਚੈੱਕ ਕਰ ਲਓ ਤੁਸੀਂ, ਸਾਡੇ ਨਾਲ ਹੋਇਆ, ਭੈਣ ਜੀ ਪਰਮਿੰਦਰ ਕੌਰ ਦੇ ਨਾਲ ਹੋਇਆ, ਥੋੜ੍ਹੀ ਜਿਹੀ ਸੱਟ ਲੱਗੀ ਸੀ ਅਤੇ 3 ਹੋਸਪਿਟਲਾਂ ਨੇ ਆਪਰੇਸ਼ਨ ਲੈ ਲਿਆ, ਵੀ ਗੋਡੇ ਦਾ ਆਪਰੇਸ਼ਨ ਤੋਂ ਬਗੈਰ ਠੀਕ ਹੀ ਨਹੀਂ ਹੋ ਸਕਦਾ ਤੁਹਾਡਾ ਗੋਡਾ, ਪਰ ਡਾਕਟਰ ਰਾਜਕੁਮਾਰ ਹੰਡੀਆ ਦਾ ਉਹਨੇ ਐਕਸਰਸਾਈਜ਼ ਕਰਵਾਈ ਅਤੇ ਮਹੀਨੇ ਵਿੱਚ ਗੋਡਾ ਠੀਕ ਹੋ ਗਿਆ, ਕੋਈ ਆਪਰੇਸ਼ਨ ਦੀ ਲੋੜ ਨਹੀਂ ਪਈ, ਪੈਕੇਜ ਬਣੇ ਹੋਏ ਨੇ। ਸੋ ਗੁਰਸਿੱਖ ਅਧਿਆਤਮਿਕ ਦੇ ਗੁਰਸਿੱਖ ਡਾਕਟਰ, ਗੁਰਸਿੱਖ ਅਧਿਆਤਮਿਕ ਬਣੇਗਾ, ਗੁਰਸਿੱਖ ਜੱਜ ਬਣੇਗਾ, ਗੁਰਸਿੱਖ SHO ਬਣੇਗਾ। ਸੋ ਬੜਾ ਜ਼ਰੂਰੀ ਹੈ ਕਿ ਉਹ ਵਿਦਿਆ ਦੇਣੀ ਕਿੱਥੋਂ ਹੈ, ਸਤਿਗੁਰ ਦਾ ਪੱਲੇ ਲਾ ਦਿਓ, ਸਤਿਗੁਰ ਪੂਰਾ, ਅਸੀਂ ਪੂਰੇ ਹਾਂ, ਮੈਂ ਲੱਖਾਂ ਸਾਲ ਲਈ ਆਪਾਂ ਰਲ ਕੇ ਲੱਖਾਂ ਸਾਲ ਗੱਲਾਂ ਕਰ ਰਹੇ ਹਾਂ ਬੱਚਿਆਂ ਨਾਲ,
ਉਹ ਗੱਲ ਖਾਣੇ ਨਹੀਂ ਪਾ ਸਕਾਂਗੇ ਜਿਹੜੀ ਸਤਿਗੁਰੂ ਨੇ ਇੱਕ ਮਿੰਟ ਵਿੱਚ ਪਾ ਲਈ। ਵੀ ਸਤਿਗੁਰੂ ਪੂਰਾ ਐਵੇਂ ਨਹੀਂ 239 ਸਾਲ ਲਾਏ ਸੀ, 239 ਸਾਲ ਲਾਉਣ ਤੋਂ ਬਾਅਦ ਕੀ ਕੀਤਾ? ਪਹਿਲੇ ਪਾਤਸ਼ਾਹ ਨੇ ਸ਼ਬਦ ਗੁਰੂ ਨੇ ਲੜਵਾਇਆ ਸੀ, ਕਿਉਂਕਿ ਸ਼ਬਦ ਗੁਰੂ ਪੀਰਾ ਗੈਰ ਨੂੰ ਵੀਰਾ ਦਿਨ ਸ਼ਬਦ ਹੈ ਜਗ ਭਾਵ ਰਾਮਨ। ਸਿੱਧਾਂ ਨੇ ਪੁੱਛਿਆ ਤੇਰਾ ਗੁਰੂ ਕੌਣ ਹੈ? ਅੱਗੇ ਜਵਾਬ ਕੀ ਦਿੱਤਾ ਸੀ? ਸ਼ਬਦ ਗੁਰੂ ਸੁਧ ਤੁਮ ਜੇਲਾ। ਤੇ 239 ਸਾਲ ਲਾਉਣ ਤੋਂ ਬਾਅਦ ਦਸ਼ਮੇਸ਼ ਪੀਰਾ ਨੇ ਕਿੱਥੇ ਲੜ ਲਾਇਆ? ਗੁਰੂ ਗੋਬਿੰਦ ਸਿੰਘ ਨੇ ਸਾਨੂੰ ਕਿਹਦੇ ਲੜ ਲਾਇਆ ਜੀ? ਬੋਲੋ ਬੋਲੋ ਕਿਹਦੇ ਲੜਵਾਇਆ? ਹਾਂ ਸ਼ਬਦ ਗੁਰੂ ਦੇ, ਗੁਰੂ ਗ੍ਰੰਥ ਸਾਹਿਬ ਦੇ। ਆਗਿਆ ਭਈ ਤਵਾ ਚਲਾਇਓ ਸਭ ਸਿੱਖਣ ਕੋ, ਗੁਰੂ ਮੰਨਿਓ ਸਿੱਖਣ ਦੀ ਗੱਲ ਸੁਣ ਲਓ। ਸਿੱਖਣ ਦੇ ਸਿੱਖਣ ਵਾਲਾ ਆਇਆ ਜੇ ਕੱਲੇ ਆਪਣੇ ਦੀ ਨਹੀਂ ਸਾਡਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਾਰਿਆਂ ਦਾ ਅਧਿਕਾਰ ਹੈ। ਜਿਵੇਂ ਧੁੱਪ ਸਾਰਿਆਂ ਲਈ ਸਾਂਝੀ ਹੈ, ਹਵਾ ਸਾਰਿਆਂ ਲਈ ਸਾਂਝੀ ਹੈ, ਮੀਂਹ ਦਾ ਪਾਣੀ ਸਾਂਝਿਆ ਹੈ ਸਾਰਿਆਂ ਲਈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸਾਰਿਆਂ ਲਈ। ਕੋਈ ਹਿੰਦੂ ਮੁਸਲਿਮ ਸਿੱਖ ਈਸਾਈ ਜੈਨੀ ਬੋਧੀ ਪਾਰਸੀ ਬਿਨਾਂ ਕਿਸੇ ਜਾਤ ਪਾਤ ਧਰਮ ਨਜ਼ਰ ਵਿੱਚ ਕਿਸੇ ਸਾਹਿਬ ਪੜ੍ਹ ਕਰ ਸਕਦੇ? ਕਿਉਂ ਕਰ ਸਕਦੇ ਆ? ਕਿਉਂਕਿ ਧੁੱਪ ਸਾਰਿਆਂ ਲਈ ਸਾਂਝੀ ਹੈ, ਇਸ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸਾਰਿਆਂ ਲਈ ਸਾਂਝਾ। ਇਹ ਸਾਰੀ ਦੁਨੀਆ ਕਰ ਸਕਦੀ, ਹਰ ਇੱਕ ਮਨੁੱਖ ਕਰ ਸਕਦਾ। ਆਪਾਂ ਕੋਲ ਨਹੀਂ, ਆਪਾਂ ਤੇ ਪੰਜਾਬੀ ਹਾਂ, ਕੌਣ ਆਪਾਂ? ਪੜ੍ਹਦੇ ਕੀ ਆ, ਸੁਣਦੇ ਕੀ ਆ, ਲਿਖਦੇ ਕੀ ਆ? ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਉਹ ਕਾਹਦੇ ਵਿੱਚ ਹੈ? ਪੰਜਾਬੀ ਗੁਰਮੁਖੀ ਲਿਪੀ ਹੈ, ਭਾਸ਼ਾ ਕਿਹੜੀ ਹੈ? ਪੰਜਾਬੀ, ਠੇਰ ਪੰਜਾਬੀ। ਤੇ ਕਿਉਂ ਨਹੀਂ ਪੜ੍ਹਦੇ ਸਾਰੇ ਜਿਹੜੇ ਸਹਿਜ ਪਾਠ ਕਰਦੇ ਨੇ? ਮਾਈ ਭਾਈ ਬੱਚੇ ਇੱਕ ਵਾਰੀ ਹੱਥ ਖੜਾ ਕਰੋ, ਜਿਹੜੇ ਭੈਣਾਂ ਵੀ ਬਿਲਕੁਲ ਬਿਲਕੁਲ ਸਿੱਧੇ ਹੱਥ ਖੜਾ ਕਰੋ, ਆ ਬਜ਼ੁਰਗਾਂ ਵਿੱਚ ਵੀ ਹੱਥ ਖੜਾ ਕਰੋ, ਬੀਬੀਆਂ ਵੀ। ਸ਼ਾਬਾਸ਼ ਥੱਲੇ ਕਰਦੇ ਸਨ। ਇਹ ਇੰਨੇ ਘੱਟ ਪਤਾ ਕਿਉਂ ਖੜੇ ਹੋਏ ਨੇ? ਬਾਕੀ ਕਿਉਂ ਨਹੀਂ ਖੜੇ ਹੋਏ ਦੱਸ ਦੇਵਾਂ ਕਿ ਰਹਿਣ ਦੇਵਾਂ? ਇੱਕ ਤਾਂ ਛੋਟੇ ਬੱਚੇ ਨੇ, ਬਾਕੀ ਵੱਡਿਆਂ ਦੀ ਗੱਲ ਦੱਸ ਦੇਣਾ। ਹਾਏ ਜੇ ਮੈਂ ਬਾਣੀ ਪੜ੍ਹੀ ਗਲਤੀ ਹੋ ਗਈ ਤਾਂ ਕੀ ਲੱਗੇਗਾ? ਹਾਂ ਕੀ ਲੱਗੇਗਾ? ਡਰ ਗਿਆ। ਤੇ ਜੋ ਡਰ ਗਿਆ ਸੋ ਲਾਸ਼ਾਂ ਤੁਰਿਆ ਫਿਰਦੀਆਂ ਲਾਸ਼ਾਂ। 98% ਗੁਰੂ ਸਾਹਿਬ ਬੋਲਦੇ ਨੇ, ਖਾਤ ਪੀਤ ਖੇਲਤ ਹਸਤ ਵਿਸਥਾਰ ਕਵਣ ਅਰਥ ਮ੍ਰਿਤਕ ਸ਼ਿਕਾ ਅੰਦਰੋਂ ਮਰੇ ਪਏ। ਪਰ ਜੇਕਰ ਸ਼ੁਰੂ ਕਰ ਲਿਆ ਗੁਰੂ ਸਾਹਿਬ ਦੀ ਹਜ਼ੂਰੀ 'ਚ, ਕਹਿ ਰਹੇ ਜੀ ਜਿੰਨਾ ਵੀ ਪਾਪ ਲੱਗੇ ਮੈਨੂੰ ਲੱਗੇ, ਜਿੰਨਾ ਪੁੰਨ ਲੱਗੇ ਤੁਹਾਨੂੰ ਲੱਗੇ, ਸਾਰੇ ਪਾਪ ਜਿੰਨੀਆਂ ਤੁਸੀਂ ਗਲਤੀਆਂ ਕਰੋ ਉਹਦਾ ਪਾਪ ਸਾਰਾ ਮੈਨੂੰ, ਜਿੰਨਾ ਤੁਸੀਂ ਪਾਠ ਕਰਨਾ ਫਲ ਮਿਲੇ ਉਹ ਸਾਰਾ ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਇਲਾਕੇ ਨੂੰ। ਪਰ ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ, ਸਾਰੇ ਬੈਠੇ ਨੇ, ਜਦੋਂ ਕੋਈ ਛੋਟਾ ਬੱਚਾ ਬੋਲਣਾ ਸ਼ੁਰੂ ਕਰਦਾ ਹੈ, ਦੱਸੋ ਵੀ ਜਦੋਂ ਪਹਿਲੀ ਵਾਰੀ ਬੋਲਣਾ ਸ਼ੁਰੂ ਕਰਦਾ ਪਹਿਲੀ ਵਾਰੀ ਜ਼ਿੰਦਗੀ 'ਚ, ਉਹ ਸਾਈਕਲ ਨੂੰ ਸਾਈਕਲ ਕਹਿ ਲੈਂਦਾ? ਕਿਉਂ ਜੀ ਸਾਈਕਲ ਨੂੰ ਸਾਈਕਲ ਕਹਿ ਲੈਂਦਾ? ਨਹੀਂ ਕਹਿੰਦਾ। ਉਹ ਦਰਖਤ ਨੂੰ ਦਰਖਤ ਕਹਿ ਲੈਂਦਾ? ਨਹੀਂ ਕਹਿੰਦਾ। ਉਹਦੇ ਆਪਣੇ ਪਾਪਾ ਨੂੰ ਕੀ ਕਹਿੰਦਾ? ਤਾਤਾ। ਤੋਤਰੀ ਦੀ ਜ਼ਬਾਨ 'ਚ ਬੋਲਦਾ। ਤੇ ਤੁਸੀਂ ਸਾਰੇ ਮਾਤਾ ਪਿਤਾ ਬੈਠੇ ਨੇ, ਬਜ਼ੁਰਗ ਬੈਠੇ ਨੇ, ਸਾਰੇ ਬੱਚੇ ਸਿਆਣੇ ਬੈਠੇ ਨੇ, ਦੱਸੋ ਵੀ ਜਦੋਂ ਪਹਿਲੀ ਵਾਰੀ ਕੋਈ ਬੱਚਾ ਗਲਤ ਬੋਲਦਾ ਹੈ ਬੋਲਣਾ, ਤੇ ਆਪਾਂ ਉਹਨੂੰ ਚਪੇੜਾ ਮਾਰਦੇ ਹਾਂ, ਮਾਰਦੇ ਕੁੱਟਦੇ ਹਾਂ ਕਿ ਪਿਆਰ ਕਰਦੇ ਹਾਂ? ਉਹਦੇ ਮਾਤਾ ਪਿਤਾ ਉਹਨੂੰ ਮਾਰਦੇ ਕੁੱਟਦੇ ਨੇ ਕਿ ਪਿਆਰ ਕਰਦੇ ਨੇ? ਇੱਕ ਦੁਨਿਆਵੀ ਮੰਮੀ ਪਾਪਾ ਪਿਆਰ ਕਰਦੇ ਨੇ ਬੱਚੇ ਦੇ ਬੋਲਣਾ ਸ਼ੁਰੂ ਕਰਨ 'ਤੇ, ਤੇ ਜਿਹੜੇ ਹੈ ਹੀ ਦੋ ਜਹਾਨ ਦੇ ਵਾਲੀ ਜਿਹਨੂੰ ਆਪਾਂ ਰੋਜ਼ ਕਹਿੰਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਤੂੰ ਮਾਤ ਪਿਤਾ ਹਮ ਬਾਰਿਤ ਕਹਿੰਦੇ ਜੇ ਮੰਨਦੇ ਨਹੀਂ ਜੇ ਆ ਮੰਨਿਆ ਨਾ, ਜਿਹਨੇ ਹੱਥ ਖੜੇ ਕੀਤੇ ਸੀ ਤੇ ਉਹ ਗੋਦੀ ਵਿੱਚ ਬਹਿ ਵੀ ਗਏ, ਤੇ ਇਹ ਤੇ ਹੈ ਹੀ ਮਿੱਟ ਬੋਲਣਾ। ਦੱਸੋ ਜੀ ਕਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਨੇ ਪਾਪ ਲਾਇਆ ਹੋਵੇ? ਆ ਇੰਨੀਆਂ ਬੀਬੀਆਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਕਿ ਸਾਰਿਆਂ ਨੇ ਸੰਥਿਆ ਲੈ ਲਈ। ਸੰਥਿਆ ਲੈਣੀ ਬੜੀ ਜ਼ਰੂਰੀ ਹੈ, ਅੱਤ ਜ਼ਰੂਰੀ ਹੈ, ਪਰ ਪਤਾ ਤਾਂ ਲੱਗੇ ਸੰਥਿਆ ਲੈਣੀ ਪੈਂਦੀ ਹੈ। ਦੋ ਚਾਰ ਸਾਲ ਪੜ੍ਹੋ ਤਾਂ ਸਹੀ, ਉਸ ਤੋਂ ਬਾਅਦ ਪਤਾ ਲੱਗੇਗਾ, ਫਿਰ ਮਜ਼ਾ ਵੀ ਆਏਗਾ ਲੈਣ ਦਾ।
ਹੁਣ ਬੱਚੇ ਨੂੰ ਜੇ ਸਕੂਲੇ ਪਾਉਂਦੇ ਉਹਨੂੰ ਪਤਾ ਨਹੀਂ ਕਿ ਮੈਂ ਕੀ ਕਰਨਾ। ਜਦ ਉਹਨੂੰ ਪਹਿਲਾਂ ਡਾਕਟਰੀ ਪੜ੍ਹਾਓ ਵੀ ਭਰਾਵਾ ਤੂੰ ਸਕੂਲੇ ਤਾਂ ਪੈਣਾ ਹੀ ਪਹਿਲਾਂ ਡਾਕਟਰੀ ਪੜ੍ਹ ਲਾ, ਸਕੂਲੇ ਕਿਉਂ ਭੇਜ ਦਿੱਤੇ ਉਹਨੂੰ? ਇਸ ਕਰਕੇ ਪਹਿਲਾਂ ਪੜ੍ਹੋ, ਸਹਿਜ ਪਾਠ ਸ਼ੁਰੂ ਕਰੋ, ਡਰੋ ਨਾ। ਅਤੇ ਜੋ ਡਰ ਗਿਆ ਸੀ ਉਹ ਬਸ ਦੋ ਚਾਰ ਮਿੰਟ ਤੁਹਾਡੇ ਹੋ ਲੈਣੇ, ਥੱਕ ਨਹੀਂ ਗਏ? ਹਾਂ ਸੁਣੋ, ਫਿਰ ਛੋਟਾ ਬੱਚਾ ਤਾਂ ਬੋਲਣਾ ਸ਼ੁਰੂ ਕਰਦਾ ਨਾ, ਅਤੇ ਮਾਤਾ ਪਿਤਾ ਦਾਦਾ ਦਾਦੀ ਕਿੱਡੇ ਖੁਸ਼ ਹੁੰਦੇ ਨੇ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ, ਹੇ ਸੱਚੇ ਪਾਤਸ਼ਾਹ ਸ਼ੁਕਰ ਹੈ ਮੇਰੇ ਬੱਚੇ ਨੇ ਬੋਲਣਾ। ਹਾਂ ਸ਼ੁਰੂ ਕੀਤਾ, ਸਿੱਖ ਨਹੀਂ ਲਿਆ, ਅਤੇ ਅੱਜ ਸ਼ੁਰੂ ਕੀਤਾ ਅਤੇ ਉਹਦੇ ਲਈ ਸਿੱਖ ਵੀ ਲਏਗਾ। ਸੋ ਡਰੋ ਨਾ, ਆਪਾਂ ਖੁਦ ਵੀ ਸਹਿਜ ਪਾਠ ਕਰੀਏ ਅਤੇ ਆਓ ਅੱਗੇ ਦੋ ਚਾਰ ਲਾਈਨਾਂ ਪੜ੍ਹ ਦਈਏ। ਜੇਕਰ ਅਸੀਂ ਆਪਣਾ ਜੀਵਨ ਖੁਸ਼ੀਆਂ ਨਾਲ ਭਰਨਾ ਚਾਹੁੰਦੇ ਹਾਂ ਤਾਂ ਆਪ ਅਤੇ ਆਪਣੇ ਬੱਚਿਆਂ ਨੂੰ ਸੰਸਾਰੀ ਵਿਦਿਆ ਦੇ ਨਾਲ ਨਾਲ ਅਧਿਆਤਮਿਕ ਵਿਦਿਆ ਵੀ ਦੇਣੀ ਸ਼ੁਰੂ ਕਰਵਾਈਏ, ਦੇਣੀ ਸ਼ੁਰੂ ਕਰੀਏ, ਠੀਕ ਹੈ ਜੀ? ਜਿਸ ਨਾਲ ਹੋਏਗਾ ਕਿ ਅਧਿਆਤਮਿਕ ਵਿਦਿਆ ਦੇਣ ਦੇ ਨਾਲ ਹੋਏਗਾ ਕਿ ਜੱਜ, IPS ਅਫਸਰ, ਜੱਜ, ਵਕੀਲ, ਡਾਕਟਰ ਜਦੋਂ ਬਣਨਗੇ ਅਤੇ ਜਦੋਂ ਉੱਚੇ ਉਹਦੇ 'ਤੇ ਕੋਈ ਬੈਠਾ ਹੋਏਗਾ, ਕਿਉਂਕਿ ਉਹਦੀ ਸੋਚ ਬ੍ਰਹਿਮੰਡੀ ਹੋ ਜਾਣੀ ਹੈ, ਕਿਉਂਕਿ ਉਹਨਾਂ ਹੀ ਸਾਇੰਸ ਸਾਇੰਸ ਦੀ, ਅੱਜ ਮੇਰਾ ਸਮਾਂ ਨਹੀਂ ਹੈ, ਨਹੀਂ ਤਾਂ ਯੂਨੀਵਰਸਿਟੀ ਜਾ ਕੇ ਸਾਇੰਸ ਦੀ ਗੱਲ ਕਰਦੇ ਹਾਂ। ਐਡਮ ਮੋਬਾਈਲ ਲਈ ਫਿਰ ਕਿਹੜਾ ਮੋਬਾਈਲ, ਇਹ 500 ਸਾਲ ਪਹਿਲਾਂ ਮੌਜੂਦ ਸੀ, 5000 ਸਾਲ ਪਹਿਲਾਂ ਵੀ ਮੌਜੂਦ ਸੀ। ਮੈਂ ਵੀ ਤਾਂ ਐਗਜ਼ਾਮਪਲ ਐਂਡ ਐਕਸਪੈਰੀਮੈਂਟ ਸਮਝਾਉਂਦਾ ਹੁੰਦਾ। ਗੁਰਸਾਹਿਬ ਦੀ ਬਾਣੀ ਪਹਿਲੇ ਸ਼ਬਦ ਵਿੱਚ ਲਿਖਿਆ ਹੋਇਆ, ਪਰਮਾਣੂ ਦੀ ਖੋਜ 19 ਸ਼ਤਾਬਦੀ ਵਿੱਚ ਹੋਈ, ਪਰ ਗੁਰੂ ਸਾਹਿਬ ਨੇ 15ਵੀਂ ਸ਼ਤਾਬਦੀ ਵਿੱਚ ਲਿਖ ਦਿੱਤਾ ਸੀ, ਪਰਮਾਣੂ ਪਰਜੰਤ ਆਕਾਸ਼ ਦੀਪ ਲੋ ਸਿਖਣ ਲੈ ਗਏ, ਛੇ ਨੈਣ ਪ੍ਰੇਮ ਦੀ ਸਾਧੂਨਾ ਸਿੱਧ ਦੀ ਰਸਾਇਣਾਂ ਦੀ ਗੱਲ। ਸਾਇੰਸਦਾਨਾਂ ਨੇ ਅਰਬਾਂ ਰੁਪਈਆ ਖਰਚ ਕੇ ਇਹ ਗੱਲ ਕਹੀ ਵੀ ਸਭ ਤੋਂ ਪਹਿਲਾਂ ਪਾਣੀ ਹੋਇਆ। ਗੁਰੂ ਮਹਾਰਾਜ ਨੇ ਕਿੰਨੇ ਸਾਲ ਪਹਿਲਾਂ ਲਿਖਿਆ ਸੀ, ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਕਹਿੰਦੇ ਸਭ ਤੋਂ ਪਹਿਲਾਂ ਹਵਾ ਹੋਈ, ਫਿਰ ਪਾਣੀ ਬਣਿਆ, ਫਿਰ ਬਨਸਪਤੀ ਪੈਦਾ ਹੋਈ, ਫਿਰ ਜੀਵ ਜੰਤੂ ਪੈਦਾ ਹੋਏ। ਅਤੇ ਗੁਰੂ ਅਰਜਨ ਦੇਵ ਜੀ ਨੇ ਲਿਖਿਆ, ਸੱਚੇ ਤੇ ਪੌਣਾ ਪਿਆ, ਪੌਣਾ ਤੇ ਜਲ ਹੋਏ, ਜਲ ਤੇ ਤੀ ਪੌਣ ਸਾਜਿਆ, ਘੱਟ ਤੋਂ ਘੱਟ ਜੋਤ ਸੋਏ। ਸੋ ਇਹ ਵਿਦਿਆ ਦੇਣੀ ਅੱਜ ਜ਼ਰੂਰੀ ਹੈ। ਸੋ ਭਾਈ ਹੱਥ ਜੋੜ ਕੇ ਬੇਨਤੀ ਹੈ, ਜ਼ਰੂਰ ਆਪਣੇ ਘਰਾਂ ਵਿੱਚ ਪੋਤੀਆਂ ਹੈਗੀਆਂ ਅਤੇ ਲੋੜ ਹੈਗੀ ਤੁਹਾਨੂੰ, ਜੇ ਹੈਗੀਆਂ ਤਾਂ ਆਪਾਂ ਪਾਠ ਸ਼ੁਰੂ ਕਰੀਏ, ਆਂਡੀਆਂ ਖਾਣੀਆਂ ਸ਼ੁਰੂ ਕਰੀਏ। ਜੇ ਨਹੀਂ ਹੈਗੀਆਂ ਤਾਂ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਵੱਲੋਂ ਤੁਹਾਨੂੰ ਦੋ ਭਾਗਾਂ ਵਿੱਚ, ਚਾਰ ਭਾਗਾਂ ਵਿੱਚ ਅਰਥਾਂ ਵਾਲੀਆਂ ਪੋਥੀਆਂ ਭੇਟਾ ਲੈ ਦਿੱਤੀ ਜਾਣਗੀਆਂ, ਕਿਉਂਕਿ ਇੱਕ ਵੀਰ ਹੈ ਸਰਦਾਰ ਜਤਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ, ਜਿਹੜਾ ਚਾਹੁੰਦਾ ਵੀ ਪੰਜਾਬ ਦਾ ਕੋਈ ਵੀ ਘਰ ਬਣ ਜਾਂਦਾ ਹੈ ਰਾਜਾ। ਸਭ ਦੋ ਕਾਰਨ ਦੱਸ ਦਿੰਦੇ ਹਾਂ, ਉਹ ਆਪਣਾ ਦਸੰਦ ਇਸ ਪਾਸੇ ਯੂਜ ਕਰਦਾ, ਬਾਹਰ ਪਹੁੰਚੇ ਨੰਬਰ 'ਚ। ਹੁਣ ਜਿਹੜੇ ਬੱਚੇ ਸੈਲ ਪੜ ਕਰਦੇ ਨੇ ਨਾ, ਜਿਹੜੀ ਪਿਛਲੇ ਸਾਲ ਬੱਚੀ 99.7% ਨੰਬਰ ਲੈ ਕੇ ਬੱਚੀ ਨੇ ਟੌਪ ਕੀਤਾ ਪੰਜਾਬ ਦੇ ਵਿੱਚੋਂ 10th ਕਲਾਸ ਵਿੱਚੋਂ, ਉਸ ਬੱਚੀ ਦਾ 5ਵਾਂ ਸੈਲ ਪਾਰ। ਕਿੰਨਵਾਂ ਸੈਲ ਪਾਰ? ਤਰਨ ਤਾਰਨ ਦੀ ਬੱਚੀ ਬਾਬਾ ਗੁਰਮੁਖ ਸਿੰਘ, ਬਾਬਾ ਉਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਬੱਚੀ 99.7% ਨੰਬਰ ਲੈ ਕੇ ਪਾਸ ਹੋ ਗਈ ਹੈ। ਸੈਲ ਪਾਰ ਕਰਦੀ ਸੀ ਕਿਹਨੂੰ ਜੋ ਕਿ 50 ਲੱਖ ਦੀ ਸਕੋਲਰਸ਼ਿਪ ਲਈ ਇੱਕ ਬੱਚੀ ਨੇ, ਜਲ ਦੇ ਦੌਰ ਨੇ। ਜਦੋਂ ਉਹਦੀ ਇੰਟਰਵਿਊ ਲਈ, ਤੁਸੀਂ ਦੇਖ ਲੈਣਾ ਯੂਟਿਊਬ 'ਤੇ ਉਹਦੀ ਇੰਟਰਵਿਊ ਹੈਗੀ, ਫਤਿਹ ਟੀਵੀ ਨੂੰ, ਕਹਿੰਦੇ ਜੀ ਤੁਸੀਂ 50 ਲੱਖ ਦੀ ਸਕੋਲਰਸ਼ਿਪ ਲੈ ਕੇ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹ ਕੇ ਕੋਈ ਇੱਕ ਪੈਸਾ ਵੀ ਨਹੀਂ ਖਰਚ ਕੀਤਾ, ਇਹ ਕਿੱਦਾਂ ਹੋ ਗਿਆ? ਕਹਿੰਦੀ ਮੈਨੂੰ ਨਹੀਂ ਪਤਾ, ਮੈਨੂੰ ਮੇਰੇ ਪਾਪਾ ਨੇ 4th ਕਲਾਸ ਵਿੱਚ ਸਹਿਜ ਪਾਠ ਦੇ ਲੜ ਲਾ ਦਿੱਤਾ ਸੀ। ਮੈਂ ਪਾਪਾ ਨੂੰ ਪੁੱਛਿਆ, ਪਾਪਾ ਮੈਨੂੰ ਬਾਣੀ ਦੇ ਅਰਥ ਸਮਝ ਨਹੀਂ ਆਉਂਦੇ। ਕਹਿੰਦੇ ਪੁੱਤਰ ਤੇਰੇ ਅਰਥ ਸਮਝਣ ਦੀ ਲੋੜ ਨਹੀਂ, ਹਲੇ ਤੇਰਾ ਸਟੈਪ ਹੈ ਬਾਣੀ ਪੜ੍ਹਨੀ। ਪਹਿਲਾ ਸਟੈਪ ਕੀ ਹੈ? ਸੋਰੀ, ਪਹਿਲਾਂ ਨਹੀਂ, ਦੂਜਾ ਹੈਗਾ। ਪਹਿਲਾਂ ਤਾਂ ਹੈਗਾ ਮੱਥਾ ਟੇਕਣਾ, ਪਹਿਲਾਂ ਕੀ ਹੈ? ਦੂਜਾ ਸਟੈਪ ਹੈ ਬਾਣੀ ਪੜ੍ਹਨੀ, ਬਾਣੀ। ਤੀਜਾ ਕੀ? ਬਾਣੀ ਸੁਣਨੀ, ਬਾਣੀ। ਚੌਥਾ ਹੈਗਾ ਬਾਣੀ ਵਿਚਾਰਨੀ, ਬਾਣੀ। ਪੰਜਵਾਂ ਹੈਗਾ ਬਾਣੀ ਸਮਝਣੀ, ਬਾਣੀ।
ਫਿਰ ਜਾ ਕੇ ਛੇਵਾਂ ਅਤੇ ਸੱਤਵਾਂ ਅਤੇ ਅੱਠਵਾਂ ਆਏਗਾ, ਗੁਰਬਾਣੀ ਨੂੰ ਮਹਿਸੂਸ ਕਰਨਾ, ਗੁਰਬਾਣੀ ਦਾ ਰੂਪ ਬਣ ਜਾਣਾ। ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਤਿਗੁਰ ਕੀ ਜਿਸਨੂੰ ਮਤ ਯਾਦ ਹੈ ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਚੋਂ ਜੀ ਹੋ ਜਾਣਾ। ਜਿਹੜਾ ਇਕੱਲਾ ਮੱਥਾ ਟੇਕਿਆ ਪਾਣੀ ਲੈ ਕੇ ਘਰ ਚਲਾ ਗਿਆ, ਇਹ ਫੋਰਮੈਲਿਟੀ ਸੀ, ਪਤਾ ਹੀ ਥੱਲੇ ਮਾਰੇ ਦਾ ਸਰੂਪ ਹੈਗਾ ਕਿ ਹੈਗਾ ਨਹੀਂ। ਦਸਵੇਂ ਪਾਤਸ਼ਾਹ ਲਿਖਿਆ ਸੀ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਕੋ ਚਾਹੈ। ਅੱਗੋਂ ਕੀ ਹੈ ਜੀ, ਜਿਹੜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ ਉਹ ਖੋਜ ਲੈ, ਤੇ ਗੁਰਬਾਣੀ ਖੋਜ ਨਹੀਂ ਕਹਿੰਦਾ ਸਹਿਜ ਪਾਠ ਕਰਕੇ। ਸੋ ਭਾਈ ਆਓ ਆਪਾਂ ਸਮਾਪਤੀ ਕਰਨੀ ਹੈ, ਥੱਕ ਤੇ ਬਹੁਤ ਸਮਾਂ ਤੋਂ ਦਿੱਤਾ, ਤੇ ਆਓ ਆਪਾਂ ਇੱਕ ਸਲੋਗਨ ਜਿਹੜਾ ਨਾਰਾ ਲਗਾ ਕੇ ਇੱਥੋਂ ਜਾਈਏ। ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਸਾਰਿਆਂ ਨੇ ਕਿ ਨਹੀਂ ਬਚਾਉਣਾ ਚਾਹੁੰਦੇ? ਕਿਉਂਕਿ ਤੁਸੀਂ ਸਾਰੇ ਸਮਝੇ ਪੰਜਾਬ ਗਿਆ ਤੇ ਦੇਸ਼ ਗਿਆ, ਕਿਉਂ ਜੀ? ਕਿਉਂਕਿ ਪੰਜਾਬ ਜੇ ਆਜ਼ਾਦੀ ਦਵਾਈ ਤੇ ਕਿਹਨੇ ਦਵਾਈ? ਪੰਜਾਬ ਨੇ, ਪੰਜਾਬੀਆਂ ਨੇ, ਜਿਹੜੇ ਬੈਠੇ ਨੇ ਪੰਜਾਬੀ ਬੈਠੇ ਆ, ਭਾਵੇਂ ਹਿੰਦੂ ਨੇ ਚਾਹੇ ਮੁਸਲਮਾਨ ਨੇ ਚਾਹੇ ਸਿੱਖ ਨੇ ਚਾਹੇ ਈਸਾਈ ਨੇ, ਉੱਥੋਂ ਦੇ ਉਹ ਸਾਰੇ ਕੀ ਆ? ਪੰਜਾਬੀ ਆ। ਕਿਉਂਕਿ ਜੇ ਮੁਗਲਾਂ ਨੂੰ ਭਜਾਇਆ ਤੇ ਕਿਹਨੇ ਭਜਾਇਆ? ਪੰਜਾਬੀਆਂ ਨੇ। ਕਿੰਨੇ ਆਉਂਦਾ? ਪੰਜਾਬੀਆਂ ਨੇ। ਪਰ ਅੱਜ ਪੰਜਾਬੀ ਆਤਮ ਹੱਤਿਆਵਾਂ ਕਰ ਰਹੇ ਨੇ, ਉਹਦਾ ਮੁੱਖ ਕਾਰਨ ਕੀ ਹੈ? ਕਿਉਂਕਿ ਜਿਹੜੀ ਜੜ ਸੀ ਨਾ, ਜੜ ਉਹਦੇ ਨਾਲ ਟੁੱਟ ਗਈ। ਜੜ ਕੀ ਸੀ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਆਵੇ ਜਣਾ, ਕਿਸੇ ਹੋਰ ਨੂੰ ਨਾ ਦੋਸ਼ੀ ਠਹਿਰਾਓ, ਕਿਸੇ ਜਦੇ ਬੰਦੇ ਨੂੰ ਜਾਂ ਕਿਸੇ ਹੋਰ ਨੂੰ ਯਾਦ ਰੱਖਣਾ। ਆਪਣੇ ਪਿੰਡਾਂ ਦੇ ਅਸੀਂ ਆਪ ਗੁਣੇਗਾਰ। ਜਦੋਂ ਗੁਰੂ ਸਾਹਿਬ ਦੀ ਮੈਨੂੰ ਦੱਸੋ, ਫੁੱਲ ਜਿਹਾ ਲੱਗਾ ਟਹਿਣੀ ਦੇ ਨਾਲ ਜੇ ਜੁੜਿਆ ਰਹਿੰਦਾ ਤੇ ਖੁਸ਼ਬੂ ਦਿੰਦਾ, ਆਪ ਵੀ ਖਿੜਿਆ ਰਹਿੰਦਾ ਤੇ ਦੂਜਿਆਂ ਨੂੰ ਵੀ ਖੁਸ਼ਬੂ ਬਣਦਾ। ਉਹ ਟਹਿਣੀ ਨਾਲ ਟੁੱਟ ਜਾਂਦਾ, ਜੜਾਂ ਨਾਲ ਟੁੱਟ ਜਾਂਦਾ, ਫਿਰ ਕੀ ਹੁੰਦਾ? ਕੀ ਹੁੰਦਾ ਜੀ? ਜਦੋਂ ਫੁੱਲ ਟੁੱਟ ਜਾਂਦਾ ਦਰਖਤ ਨਾਲੋਂ, ਟਹਿਣੀ ਨਾਲੋਂ, ਕੀ ਹੁੰਦਾ? ਮੁਰਝਾ ਜਾਂਦਾ, ਸੁੱਕ ਜਾਂਦਾ, ਪੈਰਾਂ ਵਿੱਚ ਰੁੜ ਜਾਂਦਾ। ਸੋ ਗੱਤ ਪਈ ਹਮਾਰੀ, ਇਹੀ ਹਾਲ ਸਾਡਾ ਹੋ ਗਿਆ ਸੀ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਟੁੱਟ ਚੁੱਕੇ ਹਾਂ। ਕੋਡ ਆਫ ਕੰਡਕਟ ਰੂਲ ਐਂਡ ਰੈਗੂਲੇਸ਼ਨ ਸਿੱਖੀ ਦੇ ਵਿੱਚ ਲਿਖਿਆ ਹੋਇਆ ਵੀ ਹਰ ਇੱਕ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਰੋਜ਼ਾਨਾ ਆਪੋ ਆਪਣਾ ਸਹਿਜ ਪਾਠ ਕਰਨਾ ਚਾਹੀਦਾ। ਸਿੱਖ ਸਿੱਖਣੀ ਨੇ ਸਿੱਖ ਵਿੱਚ ਸਾਰੇ ਆ ਜਾਂਦੇ, ਪਰ ਉੱਥੇ ਸਿੱਖਣੀ ਵੀ ਕਿਲੇਗੀ ਤਾਂ ਬੀਬੀਆਂ ਪਿੱਛੇ ਨਾ ਰਹਿ ਜਾਣ। ਫਿਰ ਕਈ ਬੱਚੇ ਇਹਨਾਂ ਕਹਿੰਦੇ ਮੈਂ ਬੱਚਾ ਵਾਂ, ਰਿਆਤ ਮਹਾਰਾਜ ਜੀ ਲਿਖਿਆ ਬੱਚਾ ਬੱਚੀ ਨੂੰ ਆਪੋ ਆਪਣਾ ਰੋਜ਼ਾਨਾ। ਨਾਗਾ ਪੈ ਗਿਆ ਵਹਿਮ ਭਰਮ ਨਹੀਂ ਕਰਨਾ, ਨਾਗਾ ਪੈ ਗਿਆ ਵਹਿਮ ਭਰਮ, ਦੋ ਚਾਰ ਛੇ ਮਹੀਨੇ ਤੁਸੀਂ ਤੁਸੀਂ ਭੋਗ ਪਾ ਸਕਦੇ ਹੋ, ਇਹ ਬੜਾ ਜ਼ਰੂਰੀ ਹੈ। ਆਓ ਫਿਰ ਆਪਾਂ ਇੱਕ ਵਾਅਦਾ ਕਰੀਏ ਗੁਰੂ ਸਾਹਿਬ ਦੀ ਜੋਰੀ 'ਚ, ਬੋਲੋ ਜੀ, ਪੰਜਾਬ ਨੂੰ ਬਚਾਉਣਾ ਹੈ, ਪੰਜਾਬ ਨੂੰ ਬਚਾਉਣਾ ਹੈ, ਕੰਨੇ ਨੂੰ ਭਜਾਉਣਾ ਹੈ, ਈੜੀ ਨੂੰ ਲਿਆਉਣਾ ਹੈ, ਪੰਜਾਬ ਨੂੰ ਬਚਾਉਣਾ ਹੈ, ਕੰਨੇ ਨੂੰ ਭਜਾਉਣਾ ਹੈ, ਈੜੀ ਨੂੰ ਲਿਆਉਣਾ ਹੈ। ਸਮਾਪਤੀ ਕਰਦੀ ਕਿ ਗੱਲ ਖੋਲਦੀ ਖੋਲਦੀ ਜੀ ਖੋਲਦੀ ਕਿ ਰਹਿੰਦੀ ਹੈ? ਕਿਉਂਕਿ ਇਧਰੋਂ ਆਵਾਜ਼ ਘੱਟ ਆਈ ਹੈ ਨਾ। ਆ ਬੱਚੇ ਬੋਲੇ, ਵੱਡੇ ਕਹਿੰਦੇ ਰਹਿੰਦੇ ਜੀ, ਕੀ ਪਤਾ ਆ ਜਾਓ ਚਲੋ ਚੱਲ ਜਾਓ। ਆ ਵੱਡਿਆਂ ਦੀ ਆਵਾਜ਼ ਨੀ ਆਈ ਹਾਲੇ ਤੱਕ, ਹਾਂਜੀ ਖੋਲਦੀ ਕਿ ਰਹਿੰਦੇ ਜੀ? ਆ ਹੁਣ ਆਈ ਹੈ ਪੂਰੀ। ਚਲੋ ਦੇਖੋ ਜੀ, ਇੱਕ ਕੰਨੇ ਨੇ ਸਾਡੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ, ਕਿਸੇ ਗੱਲ ਤੇ ਆਣ ਕੇ ਭਾਈ ਸਾਹਿਬ ਜੀ ਆਏ ਤੋਂ 30-40 ਸਾਲ ਪਹਿਲਾਂ ਅਸੀਂ ਪਾਠ ਕਰਨਾ, ਜਦੋਂ ਬੱਚੇ ਬੱਚੇ ਦਾ ਵਿਆਹ ਹੁੰਦਾ ਸੀ ਜਾਂ ਕੋਈ ਵੀ ਕਾਰਜ ਹੁੰਦਾ ਸੀ, ਘਰ ਦੀ ਸਹਿਜ ਪਾਠ ਰੱਖ ਲਏ ਜਾਂਦੇ ਸਨ, ਗ੍ਰੰਥੀ ਸਿੰਘ ਸਾਹਿਬ ਜੀ ਆਣ ਕੇ ਅਰਦਾਸ ਕਰਦੇ ਸਨ ਤੇ ਪਾਠ ਆਰੰਭ ਕਰਵਾ ਜਾਂਦੇ ਸਨ, ਤੇ ਘਰਦਿਆਂ ਨੂੰ ਕਹਿੰਦੇ ਸੀ
ਆ 30 ਦਿਨਾਂ 'ਚ 40 ਦਿਨਾਂ 'ਚ 25 ਦਿਨਾਂ 'ਚ 20 ਦਿਨਾਂ 'ਚ ਤੁਸੀਂ ਇਹਨੂੰ ਮੈਂ ਵੀ ਆਣ ਕੇ ਸੇਵਾ ਕਰਾਂਗਾ ਅਤੇ ਤੁਸੀਂ ਵੀ ਕਹਿੰਦਾ ਆਂਢ ਗੁਆਂਢ ਵੀ ਕਹਿੰਦੇ ਸਰ ਭਾਈ ਸਾਹਿਬ ਜੀ ਕੁੜੀ ਦੇ ਘਰ ਵਿੱਚ ਪਾਠ ਵੀ ਹੁੰਦਾ ਸੀ ਅਤੇ ਮੁੰਡੇ ਦੇ ਘਰ ਵਿੱਚ ਤਲਾਕ ਕਰੀ ਘੱਟ ਹੁੰਦੇ ਸਨ ਬਹੁਤ ਕਿਤੇ ਰੇਅਰ ਸੀ ਅੱਜ ਢੇਰ ਲੱਗੇ ਪਏ ਕਿਉਂ ਅੱਜ ਫੋਰਮੈਲਿਟੀ ਉਹ ਕਰਨਾ ਕੀ ਹੈ ਅੱਗੇ ਅਸੀਂ ਪਾਠ ਕਰਨਾ ਪਾਠ ਕਰਨਾ ਕੀਰਤਨ ਗੋਦਲੀ ਕੀਰਤਨ ਘਰ ਦਾ ਕੰਮ ਖੇਤਾਂ ਦਾ ਕੰਮ ਅੱਗੇ ਅਸੀਂ ਆਓ ਖੇਤਾਂ ਨੂੰ ਚੱਲੀਏ ਅੱਗੇ ਅਸੀਂ ਆਓ ਖੇਤਾਂ ਨੂੰ ਹੁਣ ਜਾਓ ਖੇਤਾਂ ਨੂੰ ਜਾਓ ਮੈਂ ਤੇ ਕਰਨਾ ਲੱਗ ਗਿਆ ਪਾਠ ਜਿਹੜਾ ਕਰਨਾ ਸੀ ਉਹ ਕਰਾਉਣਾ ਹੋ ਗਿਆ ਕੀਰਤਨ ਕਰਨਾ ਸੀ ਉਹ ਕਰਾਉਣਾ ਹੋ ਗਿਆ ਰਲ ਕੇ ਕੀਰਤਨ ਕਰਦੇ ਸੀ ਗ੍ਰੰਥੀ ਸਿੰਘ ਜੀ ਵਜ਼ੀਰ ਸਨ ਇਹਨਾਂ ਨੇ ਸਾਰੀ ਗੁਰਦੁਆਰੇ ਦੀ ਸੇਵਾ ਸੰਭਾਲ ਕਰਨੀ ਸੀ ਆਏ ਗਏ ਤੇ ਚਲਪਣੇ ਦੀ ਸੇਵਾ ਕਰਨੀ ਸੀ ਬੱਚਿਆਂ ਨੂੰ ਸ਼ਾਮ ਨੂੰ ਗੁਰਮਤ ਦੇਣੀ ਸੀ ਅੰਮ੍ਰਿਤ ਵੇਲੇ ਸਭ ਸੰਭਾਲ ਕਰਨੀ ਸੀ ਪਰ ਬਾਣੀ ਅਸੀਂ ਆਪ ਪੜ੍ਹਨੀ ਸੀ ਪਹਿਲਾਂ ਅਸੀਂ ਪਾਠ ਕਰਨਾ ਲੋੜ ਪੈਣ ਤੇ ਗ੍ਰੰਥੀ ਸਿੰਘ ਨੂੰ ਛੱਡਦੇ ਵੀ ਸੀ ਅੱਜ ਹੁਣ ਗੁਰਸਤ ਦੀ ਚੁਰੀ 'ਚ ਕੱਢਾਂ ਕੋਈ ਐਸੀ ਗੱਲ ਕਰ ਨਹੀਂ ਸਕਦਾ ਕੀ ਦੱਸੀ ਕੋਈ ਡਾਇਬਟੀਜ਼ ਦੇ ਮਰੀਜ਼ ਹੁੰਦੇ ਨੇ ਪਾਠੀ ਸਿੰਘ ਅਗਲੀ ਡਿਊਟੀ ਆਉਂਦੀ ਵੀ ਬਜ਼ੁਰਗ ਦੀ ਤੇ ਕੀ ਹਾਲ ਹੁੰਦਾ ਹੋਵੇਗਾ ਤੁਹਾਨੂੰ ਪਤਾ ਹੀ ਹੈ ਡਾਇਬਟੀ ਦਾ ਮਰੀਜ਼ ਦਾ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਲਿਆ ਉਹ ਪਾਪ ਚੜ ਗਿਆ ਉੱਥੇ ਹੋਰ ਕੇ ਉਹਨੂੰ ਕਮਾਇਆ ਆਪਾਂ ਕਿਉਂਕਿ ਥੱਲੇ ਜਗ੍ਹਾ ਸਾਡੀ ਗਿੱਲੀ ਹੋ ਗਈ ਸਾਡੇ ਗਵਾਂਢ ਹੋ ਗਿਆ ਦਾਰਾ ਸਿੰਘ ਦਾ ਭੋਗ ਸਿੰਘ ਦਾਰਾ ਸਿੰਘ ਬਿਲਡਿੰਗ ਮਟੀਰੀਅਲ ਮੁੱਛਲ ਪਿੰਡ ਵਾਲੇ ਸੋ ਅੱਗੇ ਅਸੀਂ ਪਾਠ ਕਰਨਾ ਪਾਠ ਕਰਨਾ ਕੀਰਤਨ ਘਰ ਦਾ ਕੰਮ ਸਕੂਲ ਦਾ ਕੰਮ ਖੇਤਾਂ ਦਾ ਕੰਮ ਕਿਰਾਰੇ ਨੂੰ ਲੱਗ ਗਿਆ ਕਰਨਾ ਪਾਠ ਹੋ ਗਿਆ ਕਰਾਉਣਾ ਅਤੇ ਸਾਡਾ ਜੀਵਨ ਅੱਗੇ ਅਸੀਂ 10 ਮਈ ਨਸ਼ੇ ਘੱਟ ਸੀ ਬਿਮਾਰੀਆਂ ਘੱਟ ਸੀ ਚਿੰਤਾਵਾਂ ਘੱਟ ਸੀ ਕਿਉਂ ਜੀਵਨ 10 ਮਈ ਸੀ ਰਾਰਾ ਸੱਸਾ ਮੰਮਾ ਈੜੀ ਨੂੰ ਬਿਹਾਰੀ ਪਰ ਹੋਇਆ ਕਿ ਕੰਨੇ ਦੇ ਲੱਗਣ ਕਰਕੇ ਈੜੀ ਚਲੀ ਗਈ ਈੜੀ ਵਿੱਚੋਂ ਨਿਕਲ ਗਈ ਹੁਣ ਈੜੀ ਕੱਢਦੇ ਹੋ 10 ਮਈ ਸੋ ਭਾਈ ਸਾਹਿਬ ਜੀ ਰਹਿ ਗਿਆ ਰਸਮੀ ਫਾਰਮੈਲਿਟੀ ਰਹਿ ਗਈ ਕੋਈ ਜੰਮ ਪਿਆ ਤੇ ਕਰਾ ਲਓ ਪਾਠ ਕੋਈ ਜੰਮ ਪਿਆ ਤੇ ਕੀ ਕਰਾ ਲਓ ਪਾਠ ਮਰ ਗਿਆ ਤੇ ਕੀ ਕਰਾ ਲਓ ਵਿਆਹ ਆ ਗਿਆ ਤੇ ਕੀ ਕਰਾ ਲਓ ਦੁਕਾਨ ਖੋਲੀ ਕੀ ਕਰਾ ਲਓ ਕੋਈ ਬਾਹਰ ਚਲਾ ਗਿਆ ਕੀ ਕਰਾ ਲਓ ਕੋਈ ਅੰਦਰ ਚਲਾ ਗਿਆ ਕੀ ਕਰਾ ਲਓ ਕਿਉਂ ਭਾਈ ਸਾਹਿਬ ਜੀ ਕਈ ਕਰਾਉਂਦੇ ਸੀ ਬਾਬਾ ਜੀ ਕਹਿੰਦੇ ਨੇ ਬਾਬਾ ਜੀ ਅਰਦਾਸ ਕਰਦੇ ਹੋ ਜਮਾਨਤ ਗੰਦੇ ਮੰਦੇ ਕੰਮ ਕਰਕੇ ਜੇਲ੍ਹ ਚਲ ਜਾਂਦੇ ਨੇ ਫਿਰ ਪਾਠ ਕਰਾ ਕੇ ਕਹਿੰਦੇ ਬਾਬਾ ਜੀ ਅਰਦਾਸ ਕਰਦੇ ਹੋ ਜਮਾਨਤ ਉਹਦੇ ਤਰੀਕਾ ਆਪੇ ਭੁਗਤਣਾਂਗੇ ਆਹ ਤੇ ਹਾਲਾਤ ਨੇ ਸਾਡੇ ਸੋ ਬਈ ਕੰਨੇ ਨੂੰ ਭਜਾਓਗੇ ਤੇ ਈੜੀ ਆਪਣੇ ਆਪ ਤੁਹਾਡੇ ਜੀਵਨ 'ਚ ਆਏਗੀ ਪਰਿਵਾਰ 'ਚ ਆਏਗੀ ਤੇ ਸਮਾਜ 'ਚ ਆਏਗੀ ਕਿਉਂਕਿ ਸਮਾਜ ਕਿਸੇ ਚਿੜੀਆ ਦਾ ਨਾਂ ਨਹੀਂ ਇਕੱਠ ਦਾ ਨਾਂ ਨਹੀਂ ਇਕਾਈ ਦਾ ਨਾਮ ਹੈ ਸੋ ਆਪਣਾ ਆਪਣੇ ਆਪ ਨੂੰ ਬਚਾ ਲਈਏ ਆਪਣੇ ਪਰਿਵਾਰ ਨੂੰ ਬਚਾ ਲਈਏ ਤੇ ਸਮਾਜ ਆਟੋਮੈਟਿਕਲੀ ਬਚ ਜਾਏਗਾ ਸੋ ਆਓ ਸਤਿਗੁਰ ਦੇ ਜੁੜੀ ਵਿੱਚ ਪ੍ਰਣ ਕਰੀਏ ਕੰਨੇ ਨੂੰ ਭਜਾਉਣਾ ਹੈ ਈੜੀ ਨੂੰ ਲਿਆਉਣਾ ਹੈ ਆਪ ਸਹਿਜ ਪਾਠ ਕਰਨਾ ਹੈ ਹੋਰਾਂ ਨੂੰ ਕਰਾਉਣਾ ਹੈ ਰਸਮੀ ਤੋਂ ਰਸਮਈ ਜੀਵਨ ਬਣਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ ਸੋ ਪਿਛਲੇ ਮਹੀਨੇ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਸੇਵਾ ਲਈ ਅਖੰਡ ਪਾਠ ਸਾਹਿਬ ਕਰਵਾਏ ਪਰ ਕਿੱਦਾਂ ਕਰਵਾਏ ਸੁਣ ਲਓ ਪਾਠੀ ਸਿੰਘ ਦੀ ਸਾਰੀ ਡਿਊਟੀ ਲੱਗੀ ਭਾਈ ਸਾਹਿਬ ਜੀ ਪਰ ਪਾਠੀ ਸਿੰਘ ਜੀ ਲਾਗੇ ਬੈਠੇ ਸਨ ਪਾਠ ਸੁਣ ਰਹੇ ਸਨ ਕਿਉਂਕਿ ਸਹਿਜ ਪਾਠ ਦੇ ਭੋਗ ਹੋਣੇ ਸੀ ਅਖੰਡ ਪਾਠ ਸਾਹਿਬ ਦੀ ਸਿੰਘਾਂ ਨੇ ਡਿਊਟੀ ਲਾਈ ਵੀਰਾਂ ਨੇ ਡਿਊਟੀ ਲਗਾਈ ਲਾਗੇ ਪਾਠੀ ਸਿੰਘ ਨੂੰ ਕਹਿੰਦੇ ਸੀ ਤੁਹਾਡੀ ਡਿਊਟੀ ਹੈ ਤੁਸੀਂ ਲਾਗੇ ਬੈਠ ਕੇ ਲੋੜ ਪੈਣ 'ਤੇ ਤੁਸੀਂ ਆ ਜਾਓ ਜੇ 1.5 ਘੰਟੇ ਦੀ ਡਿਊਟੀ ਸੀ ਨਾ ਅੱਧਾ ਘੰਟਾ ਪਾਠੀ ਨੇ ਲਾਈ ਭੇਟਾ ਪੂਰੀ ਦਿੱਤੀ ਉਹਨਾਂ ਨੂੰ ਕਿਉਂਕਿ ਇਹਨਾਂ ਨੂੰ ਵਜ਼ੀਰਾਂ ਨੂੰ ਅਸੀਂ
ਜਿੰਨੀ ਭੇਡਾਂ ਦੇਈਏ ਉਹਨੇ ਘੱਟ ਵਾ, ਅਸੀਂ ਇੱਥੋਂ ਤਰਾਸਦੀ ਸਾਡੀ ਕੌਮ ਦੀ। ਚਲੋ ਇਹ ਵੱਖਰਾ ਵਿਸ਼ਾ, ਮੈਂ ਇੱਥੇ ਨਾ ਲਵਾਂ ਫਿਰ ਕਿਸੇ ਲਵਾਂਗਾ। ਭਾਈ ਸਾਹਿਬ ਜੀ, ਉਹ ਜਿਹੜੀਆਂ ਡਿਊਟੀਆਂ ਸੀਗੀਆਂ ਉਹਦੇ ਵਿੱਚੋਂ ਕਹਿ ਲਓ ਵੀ ਰਾਤ ਦੀਆਂ ਡਿਊਟੀਆਂ ਪੱਟ ਸਿੰਘਾਂ ਦੇ ਨਾਲ ਅਸੀਂ ਰਲ ਕੇ ਲਗਾਈਆਂ, ਸਾਰੇ ਗੁਰਸਿੱਖਾਂ ਨੇ, ਭਾਈ ਸੰਦੀਪ ਸਿੰਘ ਜੀ ਬੈਠੇ ਨੇ, ਹੋਰ ਵੀ ਸਾਰੇ ਸਿੰਘ ਬੈਠੇ ਨੇ। ਸੋ ਬੇਨਤੀ ਹੈ, ਆਓ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਈਏ। ਇਹ ਤੁਹਾਡੇ ਜਿਹੜੇ ਬੱਚਿਆਂ ਨੇ ਸਹਿਜ ਪਾਠ ਸ਼ੁਰੂ ਕੀਤੇ ਨੇ, ਇਹ ਹੈ ਅਧਿਆਤਮਕ ਪੁਨਰ ਜਾਗਰਤੀ ਦਹਾਕਾ। 10 ਸਾਲ ਅਸੀਂ ਇਸ ਪਾਸੇ ਲਾਉਣੇ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ, 5 ਸਾਲ ਪਹਿਲਾਂ ਅਤੇ 5 ਸਾਲ ਬਾਅਦ ਚੋਂ। ਤੇ ਬੋਲੋ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ। ਆਪਾਂ ਸਾਰੇ ਪਿਤਾ ਜੀ ਕਹਿੰਦੇ ਆ ਨਾ ਉਹਨੂੰ, ਤੂੰ ਮੇਰਾ ਪਿਤਾ। ਤੇ ਜਦੋਂ ਕਿਸੇ ਪਾਪਾ ਦਾ ਬਰਥਡੇ ਹੋਵੇ, ਕਿਉਂ ਬੱਚਿਓ, ਜੇ ਕਿਸੇ ਪਾਪਾ ਦਾ ਬਰਥਡੇ ਹੋਵੇ, ਪਾਪਾ ਇੰਨਾ ਕੁਝ ਸਾਡੇ ਵਾਸਤੇ ਕਰਦੇ ਨੇ, ਉਹਨਾਂ ਵਾਸਤੇ ਕੋਈ ਗਿਫਟ ਦੇਣਾ ਚਾਹੀਦਾ ਪਾਪਾ ਦੇ ਬਰਥਡੇ 'ਤੇ ਕਿ ਨਹੀਂ ਦੇਣਾ ਚਾਹੀਦਾ? ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ? ਤੇ ਇੱਕ ਬੱਚੇ ਦੇ ਪਾਪਾ ਦਾ ਬਰਥਡੇ ਸੀ, ਤੇ ਇੱਕ ਬੱਚੇ ਨੇ ਭੱਜ ਕੇ ਬਾਜ਼ਾਰੋਂ ਗਿਫਟ ਲੈਣ ਦਾ, ਤੇ ਦੂਜੇ ਬੱਚੇ ਨੇ 2-3 ਮਹੀਨੇ ਪਹਿਲਾਂ ਤਿਆਰ ਸ਼ੁਰੂ ਕਰ ਦਿੱਤਾ, ਹੱਥ ਨਾਲ ਬਣਾਉਣਾ ਸ਼ੁਰੂ ਕਰ ਦਿੱਤਾ। ਜਦੋਂ ਹੱਥ ਨਾਲ ਬਣਾ ਰਿਹਾ ਸੀ, ਤੇ ਜਦੋਂ ਦੋਵਾਂ ਨੇ ਪ੍ਰੈਜੈਂਟ ਕੀਤਾ ਪਾਪਾ ਦੇ ਬਰਥਡੇ ਵਾਲੇ ਦਿਨ, ਤੇ ਪਾਪਾ ਜ਼ਿਆਦਾ ਖੁਸ਼ ਕਿਹਦੇ ਨਾਲ ਹੋਣਗੇ, ਬਾਜ਼ਾਰੋਂ ਲਿਆਂਦੇ ਨਾਲ ਕਿ ਹੱਥ ਨਾਲ ਬਣਾਏ ਨਾਲ? ਬਾਜੀ ਬੱਚਿਆਂ ਨੂੰ ਪਤਾ ਜੀ ਹੱਥ ਨਾਲ ਬਣਾਏ ਨਾਲ। ਤੇ ਮੇਰੇ ਪਾਤਸ਼ਾਹ ਦਾ ਪ੍ਰਕਾਸ਼ ਹੋ ਗਿਆ 2019 'ਚ। ਉਹ ਕਹਿੰਦੇ ਵੀ ਮੇਰੇ ਬੱਚਿਆਂ ਨੇ 30 ਸਾਲਾਂ ਤੋਂ ਮੈਨੂੰ ਗਿਫਟ ਦੇਣੇ ਬੰਦ ਕਰ ਦਿੱਤੇ, ਆਪੇ ਲੰਗਰ ਲਾਉਂਦੇ, ਆਪੇ ਖਾ ਜਾਂਦੇ, ਆਪੇ ਲੰਗਰ ਲਾਉਂਦੇ, ਆਪੇ ਆਪੇ ਨਗਰ ਕੀਰਤਨ ਕੱਢ ਕੇ ਆਪੇ ਸਰੋਪੇ ਪਾ ਜਾਂਦੇ। ਸੋ ਭਾਈ ਬੇਨਤੀ ਹੈ, ਆਓ ਸਤਿਗੁਰੂ ਨੂੰ ਗਿਫਟ ਦੇਈਏ, ਸਹਿਜ ਪਾਠ ਦਾ ਜਾਂ ਕੋਈ ਲੜੀਆਂ ਚਲਾ ਲਓ, ਹੁਣ ਤੋਂ ਹੀ ਸ਼ੁਰੂ ਕਰੋ। ਬੋਲੋ ਜੀ, ਸਮਾਪਤੀ ਕਰੀਏ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ 550 ਸਾਲ ਗੁਰਬਾਣੀ ਦਰਸ਼ਨ ਦੇ ਨਾਲ। ਅਤੇ ਮੈਂ ਵਧਾਈ ਦੇਣਾ ਅਲਪਾਈਨ ਸਕੂਲ ਦੇ ਮੈਨੇਜਮੈਂਟ ਨੂੰ, ਅਧਿਆਪਕ ਸਾਹਿਬਾਨ ਨੂੰ, ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਇਹ ਲਹਿਰ ਵਿੱਚ ਸ਼ਾਮਿਲ ਹੋਏ, ਸਰਦਾਰ ਜਤਿੰਦਰ ਸਿੰਘ ਜੀ ਆਸਟ੍ਰੇਲੀਆ, ਅਤੇ ਸਾਡੀ ਸਮੂਹ ਟੀਮ, ਇਹਨਾਂ ਦਾ ਰਿਣੀ ਹੈ ਕਿ ਇਹਨਾਂ ਨੇ ਇਸ ਲਹਿਰ ਨੂੰ ਆਪਣੇ ਸਕੂਲ ਵਿੱਚ ਸ਼ਾਮਿਲ ਕੀਤਾ। ਅਤੇ ਅਸੀਂ ਜੋ ਵੀ ਤਨ ਮਨ ਧਨ ਦੇ ਨਾਲ ਜਿੰਨੀ ਵੀ ਚੀਜ਼ਾਂ ਦੀ ਲੋੜ ਹੈ ਅਸੀਂ ਦੇਣ ਲਈ ਤਿਆਰ ਹਾਂ ਜੀ। ਸੋ ਸਿਰਫ ਇੰਨੀ ਕੁ ਬੇਨਤੀ, ਲਿਟਰੇਚਰ ਦੀ ਕੋਈ ਭੇਟਾ ਨਹੀਂ ਹੈ, ਅਤੇ ਨਾ ਹੀ ਸਾਡੇ ਵੱਲੋਂ ਕੋਈ ਰਸੀਦ ਰੱਖੀ ਹੋਈ ਹੈ, ਨਾ ਆਉਣ ਜਾਣ ਦੀ। ਆਪਣੇ ਪਿੰਡਾਂ ਨੂੰ ਤੁਸੀਂ ਲੜ ਲਓ ਸਹਿਜ ਪਾਠ ਦੇ। ਭਾਈ ਸਾਹਿਬ ਜੀ, ਤੁਸੀਂ ਜਿੱਥੇ ਕਿਤੇ ਜਾਓ ਸਹਿਜ ਪਾਠ ਦੀ ਗੱਲ ਕਰੋ, ਕਿਉਂਕਿ ਫਿਰ ਹੀ ਸੰਥਿਆ ਲੈ ਲਈ ਤਿਆਰ ਹੋਣਗੇ। ਸਾਡੇ ਕੋਲ ਜਦੋਂ ਤੋਂ ਸਹਿਜ ਪਾਠ ਦੀ ਲਹਿਰ ਸ਼ੁਰੂ ਹੋਈ ਹੈ, ਸੰਥਿਆ ਦੀਆਂ ਕਲਾਸਾਂ ਵੀ ਨਾਲ ਸ਼ੁਰੂ ਹੋਈਆਂ ਨੇ, ਕਿਉਂਕਿ ਬੱਚਿਆਂ ਨੂੰ ਪਤਾ ਲੱਗੇਗਾ ਮਹਿੰਗੀ ਪਾਣੀ ਆ ਕਿਤੇ ਪਤਾ ਲੱਗੇਗਾ, ਉਹ ਜਾ ਕੇ ਦੂਰੋਂ ਦੂਰੇ ਚਲ ਜਾਂਦੇ ਨੇ। ਸੋ ਭਾਈ ਬੇਨਤੀ ਹੈ, ਹੱਥ ਜੋੜ ਕੇ ਇੱਥੇ ਸਤਿਗੁਰੂ ਦੇ ਦਰਸ਼ਨ ਕਰੀਏ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਆਪਣੇ ਪਿੰਡ ਵਿੱਚ ਸਮਾਗਮ ਰੱਖ ਲਿਓ, ਉਦੋਂ ਭਾਵੇਂ ਕਥਾ ਕੀਰਤਨ ਨਾ ਕਰਿਓ, ਗੱਲਾਂ ਕਰ ਲਿਓ ਗੁਰੂ ਦੀਆਂ 1.5-2 ਘੰਟੇ, ਭਾਵੇਂ 50 ਸਿੰਘ ਰੱਖ ਲਿਓ, ਬੀਬੀਆਂ ਹੋ ਜਾਣ, ਭਾਵੇਂ 20 ਹੋ ਜਾਣ, ਸਾਨੂੰ ਕੋਈ ਨਹੀਂ, ਸੰਗਤ ਨਾਲ ਨਹੀਂ, ਸੰਗਤ ਗੁਰੂ ਦੀ ਹੈ। ਅਸੀਂ ਤਾਂ ਗੁਰੂ ਨਾਲ ਗੱਲਾਂ ਕਰਨੀਆਂ, ਅਤੇ ਗੁਰੂ ਦੀਆਂ ਗੱਲਾਂ ਅਸੀਂ ਆਪਣੇ ਕੋਲ ਗੱਲ ਨਹੀਂ ਕਰਦੇ, ਜਿੰਨੀਆਂ ਗੱਲਾਂ ਕੀਤੀਆਂ ਨੇ, ਜੇਕਰ ਆਪਣੀਆਂ ਕੀਤੀਆਂ ਤੁਹਾਨੂੰ ਮਾਫ਼ੀ ਦੇ ਦਿਓ, ਗਲਤੀਆਂ ਹੋਈਆਂ ਅਤੇ ਜਿਹੜੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ, ਪਰ ਬਾਣੀ ਦੇ ਦਰਸ਼ਨ ਜ਼ਰੂਰ ਕਰਿਓ। ਸਾਡੇ ਕੋਲ ਇਹੋ ਜਿਹੇ ਬਜ਼ੁਰਗ ਨੇ ਜਿਹੜੇ ਬਿਲਕੁਲ ਅਨਪੜ੍ਹ ਨੇ, ਪਰ 2-3 ਦਿਨ ਸਹਿਜ ਪਾਠ ਦੇ ਭੋਗ ਪਾ ਗਏ ਨੇ। ਤੁਸੀਂ ਸਾਨੂੰ ਪੁੱਛ ਸਕਦੇ ਹੋ ਕਿਵੇਂ, ਜਿਹਨਾਂ ਦੀਆਂ ਅੱਖਾਂ ਨਹੀਂ ਹੈਗੀਆਂ, ਕਈ ਲਾਕੇ ਸਿੰਘ ਨੇ, ਸੂਰਦਾਸ ਸਿੰਘ ਨੇ, ਉਹ ਵੀ ਸਹਿਜ ਪਾਠ ਦੇ ਭੋਗ ਪਾ ਗਏ ਨੇ ਪ੍ਰੇਰਣਾ ਦੇਣ ਦੇ ਨਾਲ। ਕਿੱਦਾਂ ਵੀ ਸਾਨੂੰ ਜਦੋਂ ਮਰਜ਼ੀ ਫੋਨ ਕਰਕੇ ਪੁੱਛ ਸਕਦੇ ਹੋ, ਇਹ ਨੰਬਰ ਲੱਗੇ ਹੋਏ ਨੇ। ਆਪਣੇ ਪਿੰਡ ਨੂੰ ਸੰਭਾਲਣਾ ਹੋਵੇ, ਸੰਭਾਲੋ ਤੁਸੀਂ, ਸਾਰਾ ਖਰਚਾ ਸਾਡਾ, ਪਿੰਡ ਦੇ ਜਿਲ੍ਹੇ 'ਚ ਜਿੰਨਾ ਵੀ ਲੋੜ ਪਏਗੀ। ਅਤੇ ਨਾਲ ਮੈਂ ਬੇਨਤੀ ਕਰਾਂਗਾ ਪਿੰਡਾਂ ਦੇ ਬੱਚਿਆਂ ਨੂੰ, ਆਹ 2 ਸਲੋਗਨ ਮੇਰੇ ਨਾਲ ਬੋਲ ਦਿਓ, ਜੇ ਵਾਕਈ ਆਤਮਾ ਧਿਆਵਾਂ ਪਹੁੰਚਾਉਣੀ ਹੈ, ਕਿਉਂਕਿ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਲੜ ਕੇ ਆਤਮ ਧਿਆਵਾਂ 'ਤੇ ਰਿਸਰਚ ਕੀਤੀ ਵੀ ਪੰਜਾਬ 'ਚ ਆਤਮ ਧਿਆਵਾਂ ਕਿਉਂ ਹੋ ਰਹੀਆਂ ਨੇ।
ਤੇ ਸਾਨੂੰ ਜਦੋਂ ਪਤਾ ਲੱਗਾ ਸਰਚ ਕੀਤੀ ਪੈਸਿਆਂ ਕਰਕੇ ਨਹੀਂ ਹੋ ਰਹੀਆਂ, ਜ਼ਿਆਦਾ ਹੋ ਰਹੀਆਂ ਫਜ਼ੂਲ ਖਰਚੀ ਕਰਕੇ, ਤੇ ਭਾਈਚਾਰਕ ਸਾਂਝ ਘੱਟ ਗਈ। ਇੱਕ ਪਿੰਡ ਬਰਨਾਲੇ ਲੱਗ ਗਿਆ, ਇੱਕ ਪਿੰਡ ਚਾਰ ਜੀਆਂ ਨੇ ਆਤਮ ਹੱਤਿਆ ਕਰ ਲਈ। ਪੈਸੇ ਪਤਾ ਕਿੰਨੇ ਸੀ? 70,000-73,000 ਰੁਪਇਆ ਵਿਆਜ ਪਿਆ ਗਿਆ। 300 ਪਰਿਵਾਰ ਸੀ ਪਿੰਡ ਵਿੱਚ, 200 ਗਰੀਬ ਲਾ ਲਓ, ਜੇ 500-200 ਗਰੀਬ ਲਾ ਲਓ, ਜੇ 200 ਪਰਿਵਾਰ ਵੀ 500-500 ਰੁਪਇਆ ਦਿੰਦਾ ਨਾ ਗਰੀਬ ਦਾ ਮੂੰਹ ਗੁਰੂ ਦੀ ਕੋਲ, ਤੇ ਭਾਈ ਸਾਹਿਬ ਜੀ ਉਹ ਪਰਿਵਾਰ ਬਚ ਸਕਦਾ ਸੀ। 1,00,000 ਰੁਪਇਆ ਇਕੱਠਾ ਹੋ ਜਾਣਾ ਸੀ, 73,000 ਕੱਢੇ ਲੱਗਣਾ ਸੀ, 27,000 ਉਹਦੇ ਕੋਲ ਹੋ ਜਾਣਾ ਸੀ, ਤੇ ਨਾਲੇ ਅਸੀਂ ਇਹ ਕਹਿਣਾ ਛੱਡ ਦਿੱਤਾ ਕੋਈ ਗੱਲ ਨਹੀਂ ਅਸੀਂ ਬੈਠੇ ਹਾਂ, ਅਸੀਂ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਤਾਂ ਨਹੀਂ ਹੋਰ ਮਾਰਦੇ। ਸੋ ਭਾਈਚਾਰਕ ਸਾਂਝ ਲਾਈਏ ਤੇ ਇੱਕ ਖਰਚੇ ਘਟਾਈਏ ਵਿਆਹਾਂ ਦੇ। ਜਿਹੜਾ 10 ਕਿੱਲੇ ਵਾਲਾ ਵਿਆਹ ਕਰਦਾ ਉਹੀ 1 ਕਿੱਲੇ ਵਾਲਾ ਕਰਨਾ ਰੁਪਇਆ ਕਰਜ਼ਾ ਚੁੱਕ ਕੇ ਜਿਹਦੇ ਕਰਕੇ ਬੁਰਾ ਹਾਲ ਹੋ ਗਿਆ। ਆਓ ਭੋਗ ਵੀ ਸਾਦੇ ਕਰੀਏ। ਅਸੀਂ ਤਾਂ ਧਿਆ ਕੀਤਾ ਸਾਡੀ ਟੀਮ ਨੇ ਵੀ ਭੋਗ ਦੇ ਵਿੱਚ ਲੰਗਰ ਨਹੀਂ ਛੱਡਣਾ, ਜੇ ਤਾਂ ਅਸੀਂ 10 ਕਿਲੋਮੀਟਰ ਤੋਂ ਦੂਰ ਨਹੀਂ ਗਏ। ਭੋਗ ਵੀ ਅਸੀਂ ਵਿਆਹਾਂ ਕਰਕੇ ਕਰ ਲਏ, ਕਿੱਡੀ ਸ਼ਰਮ ਦੀ ਗੱਲ ਹੈ। ਕਿਸੇ ਘਰ ਦੀ ਡੈਥ ਹੋਈ ਹੋਵੇ ਤਾਂ ਅਸੀਂ ਉੱਥੇ ਸਮਾਨ ਖਾ ਰਹੇ ਹੋਈਏ, ਕੜਾਹ ਖਾ ਰਹੇ ਹੋਈਏ, ਕਿ ਕੁਛ ਖਾ ਰਹੇ ਹੋਈਏ। ਬੋਲੋ ਜੀ ਸਾਦੇ ਵਿਆਹ, ਸਾਰਿਆਂ ਨੇ ਆਪਣੇ ਘਰਾਂ ਵਿੱਚ ਵੀ ਲਾ ਲੈਣੇ, ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ, ਬਖਾਵੇ ਵਾਲੇ ਵਿਆਹ ਕਰਦੇ ਘਰ ਤਬਾਹ। ਹੁਣ 20,00,000 ਤੁਹਾਡੇ ਕੋਲ ਹੈਗਾ, 3-4 ਮੈਂ ਨਹੀਂ ਕਿਹਾ ਮਾੜਾ ਕਰੋ, 3-4 ਲੱਖ ਲਗਾ ਲਓ, 16,00,000 ਤਾਂ ਬਚ ਗਿਆ ਕਿ। ਬੋਲੋ ਬਖਾਵੇ ਵਾਲੇ ਵਿਆਹ ਕਰਦੇ ਘਰ ਤਬਾਹ। ਸੋ ਲਈਏ ਵਿਆਹ ਦਾ ਆਨੰਦ, ਨਾ ਪਾਈਏ ਸ਼ਰਾਬ ਦਾ ਗੰਦ। ਇਹ ਮੈਸੇਜ ਸਾਡੇ ਵੱਲ ਤੁਸੀਂ ਲੈ ਲੈਣਾ ਜੀ। ਸੋ ਇਹਦੀਆਂ ਬੇਨਤੀਆਂ ਪ੍ਰਾਪਤ ਕਰਨੀਆਂ, ਮੈਂ ਬੇਨਤੀ ਕਰਾਂਗਾ ਪ੍ਰਿੰਸੀਪਲ ਸਾਹਿਬ ਨਾਲ, ਬੇਟੇ ਇੱਥੋਂ ਦੇ ਸਟੇਜ ਸੈਕਟਰੀ ਜਾਂ ਕੋਈ ਵੀ ਮੈਮ ਆਓ ਜੀ ਤੁਸੀਂ। ਸੋ ਆਓ ਪੰਕਤੀ ਪੜ੍ਹ ਕੇ ਸਮਾਪਤ ਕਰੀਏ, ਤੁਸੀਂ ਆਓ ਜੀ। ਸਤਿਗੁਰ ਕੀ ਜਿਸਨੋ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ, ਉਹ ਸਤਿਗੁਰ ਦਾ ਰੂਪ ਹੋ ਜਾਏਗਾ। ਇਹੋ ਪਾਣੀ ਜੋ ਜੀ ਉਹ ਜਾਣੈ, ਜਿਹੜਾ ਇਸ ਬਾਣੀ ਨੂੰ ਦਿਲੋਂ ਪਿਆਰ ਕਰਨਾ ਸ਼ੁਰੂ ਕਰ ਦੇਗਾ, ਭਾਵੇਂ ਕਿਸੇ ਜਾਤ ਨਾਲ, ਮਜ਼ਹਬ ਨਾਲ, ਕਿਸੇ ਧਰਮ ਨਾਲ ਸੰਬੰਧ ਰੱਖਦਾ ਹੋਵੇ, ਤਿਸ ਅੰਤਰ ਰਵੈ ਹਰ ਨਾਮਾ। ਰਵੈ ਮਤਲਬ ਅੰਦਰ ਚੱਲ ਪਏਗਾ, ਪਰਮਾਤਮਾ ਨਾਮ ਅੰਦਰ ਚੱਲ ਪਏਗਾ। ਸੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।